ਸੁਪਨ ਦੋਸ਼ ਦਾ ਜ਼ਿਕਰ ਕੀਤਾ। ਕਿੱਥੇ ਕੀਤਾ ਸੁਪਨ ਦੋਸ਼ ਦਾ ਜ਼ਿਕਰ? ਸੁਪਨੇ ਬਿੰਦ ਨਾ ਦੇਈ ਝਰਨਾ, ਤਿਸ ਕਾਜੀ ਕੋ ਜਰਾ ਨਾ ਮਰਨਾ। ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜ਼ਿਕਰ ਕਰਦੇ ਵੀ ਜਿਹੜਾ ਇਨਸਾਫ ਬੰਦਾ ਉਹ ਕਰ ਸਕਦਾ ਜਿਹਦੇ ਸੁਪਨੇ ਦੇ ਵਿੱਚ ਵੀ ਕਾਮਨਾ ਪ੍ਰਵੇਸ਼ ਕਰਦਾ। ਉਹ ਦੇਖ ਕਿਵਾੜ ਅਣਖ ਪਰਦੇ ਮੈਂ ਪਰ ਦਾਰਾ ਸੰਗ ਫੱਕ ਹੈ, ਵੀ ਤੂੰ ਪਰਾਈ ਇਸਤਰੀ ਦੇ ਨਾਲ ਪਰਦੇ ਲਗਾ ਕਰਕੇ ਸੰਭੋਗ ਕਰ ਰਿਹਾ। ਜਾਨਵਰ ਵੀ ਇਸੇ ਤਰ੍ਹਾਂ ਨਾਲ ਕਰਦੇ ਨੇ, ਇਹ ਤਾਂ ਕਿਰਿਆ ਹੀ ਹੈ। ਜਿਹਦੇ ਤੇ ਕਿਰਪਾ ਨਹੀਂ ਹੈਗੀ, ਕਾਮ ਬਸ ਦੇ ਵਿੱਚ ਨਹੀਂ ਹੈਗਾ, ਉਹ ਕਾਮ ਦੀ ਕਥਾ ਨਹੀਂ ਕਰ ਸਕਦਾ। ਬ੍ਰਹਮਾ ਵੀ ਨਹੀਂ ਕਰ ਸਕਿਆ, ਉਹ ਡੋਲ ਗਿਆ। ਜਿਨ੍ਹਾਂ ਨੇ ਕਟਾਕਸ਼ ਕੀਤਾ ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਿ ਮਾਈ ਭਾਗੋ ਨਕਲ ਲੈਂਦੀ ਰਹੀ। ਬਿਲਕੁਲ। ਕਿਹੜੇ ਗ੍ਰੰਥ ਕਿੱਥੇ ਲਿਖਿਆ ਇਹ ਕਿ ਮਾਈ ਭਾਗੋ ਨਗਨ ਰਹਿ ਰਹੀ ਸੀ? ਇਹ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਹੀ ਲਿਖਿਆ। ਹਾਂ, ਵੀ ਉਹ ਜੰਗ ਤੋਂ ਬਾਅਦ ਨਗਨ ਰਹਿਣ ਲੱਗ ਪਈ ਸੀ। ਹਾਂ, ਪਰ ਉਹ ਮਹਾਰਾਜ ਨੇ ਇਸ ਗੱਲ ਬਾਰੇ ਕੋਈ ਹਵਾਲਾ ਦਿੱਤਾ ਵੀ ਕਿਉਂ ਰਹਿਣ ਲੱਗ ਪਈ ਸੀ? ਕਹਿੰਦੇ ਮਹਾਰਾਜ ਨੇ ਚੰਡੀ ਪ੍ਰਗਟ ਕੀਤੀ, ਚੰਡੀ ਦੀ ਵਾਰ ਪੜ੍ਹੀ, ਉਹ ਫਿਰ ਪੂਰੀ ਕਹਾਣੀ ਉਹ ਸੁਣਾਉਂਦੇ ਆ। ਪੰਡਿਤ ਦਾ ਜ਼ਿਕਰ ਹੈ ਵੀ ਪੰਡਿਤ ਆਇਆ ਮਹਾਰਾਜ ਦੇ ਕੋਲ, ਉਹ ਕਹਿੰਦਾ ਸੀ ਵੀ ਮੈਂ ਦੇਵੀ ਤੋਂ ਤੁਹਾਨੂੰ ਸ਼ਕਤੀ ਲੈ ਕੇ ਦੇਊਂਗਾ। ਕਈ ਦਿਨ ਕਰਦਾ ਰਿਹਾ, ਕਹਿੰਦੇ ਵੀ ਤੂੰ ਦੇਵੀ ਤਾਂ ਪ੍ਰਗਟ ਹੀ ਨਹੀਂ ਹੋਈ। ਉਹ ਕਹਿੰਦਾ ਜੀ ਵੀ ਦੇਵੀ ਬਲੀ ਮੰਗਦੀ ਹੈ ਕਿਸੇ ਬੱਚੇ ਦੀ। ਜਿਵੇਂ ਇਹ ਚਰਚਾਵਾਂ ਹੋਈਆਂ ਵੀ ਗੁਰੂ ਸਾਹਿਬ ਬਾਰੇ ਕਿਹਾ ਗਿਆ ਵੀ ਅਫੀਮ ਦੀ ਅਫੀਮ ਰੱਖਦੇ ਸੀ ਆਪਦੇ ਕੋਲੇ, ਜਿਹੜੇ ਨਸ਼ਿਆਂ ਦਾ ਗੁਰਬਾਣੀ ਦੇ ਵਿੱਚ ਜ਼ਿਕਰ ਹੈ ਵੀ ਨਹੀਂ ਕਰਨੇ, ਭੰਗ ਦਾ ਜ਼ਿਕਰ ਹੈ, ਪਾਨ ਸੁਪਾਰੀ, ਹਾਂ, ਖਾਧੀਆਂ ਮੁੱਖ ਬੀੜੀਆਂ ਲਾਈਆਂ, ਜਾਂ ਸੁਰਾ ਪਾਨ, ਭਾਂਗ ਮਾਛਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਏ, ਤੇ ਜਿਹੜਾ ਜਿਹੜੇ ਜਦੋਂ ਗੁਰਬਾਣੀ ਤੇ ਉਹਨਾਂ ਚੀਜ਼ਾਂ ਦੀ ਮਨਾਹੀ ਹੈ ਤੇ ਗੁਰੂ ਸਾਹਿਬ ਉਹ ਕਿੱਦਾਂ ਕਰ ਸਕਦੇ? ਸ਼੍ਰੀ ਰਾਮ ਚੰਦ ਜਿਹੇ ਰੂਪ ਨਾ ਰੇਖਿਆ, ਵੀ ਉਹ ਕੱਲੀ ਜਿਹਦਾ ਨਾ ਨਾ ਤਾਂ ਕੋਈ ਰੂਪ ਹੈ ਨਾ ਕੋਈ ਰੇਖਿਆ। ਕਿਹੜੇ ਰਾਮ ਚੰਦ ਦਾ ਜ਼ਿਕਰ ਹੋ ਰਿਹਾ? ਦਸ਼ਰਥ ਪੁੱਤਰ ਦਾ ਹੋ ਰਿਹਾ, ਜਿਹੜੇ ਜਿਹੜੇ ਨਾਲ ਸਾਨੂੰ ਜੋੜਿਆ ਗਿਆ ਵਿਆਪਕ ਦਾ, ਜਿਹਦਾ ਕੋਈ ਰੂਪ ਨਹੀਂ। ਤਾਂ ਇੱਥੇ ਉਸ ਰਾਮ ਦੀ ਗੱਲ ਨਹੀਂ ਹੋ ਰਹੀ, ਉਸ ਰਾਮ ਦੀ ਗੱਲ ਨਹੀਂ ਹੋ ਰਹੀ। ਇਹ ਹੁਣ ਪ੍ਰਚਾਰ ਹੋਇਆ ਵੀ ਗੁਰੂ ਗ੍ਰੰਥ ਸਾਹਿਬ 'ਚ ਤਾਂ ਰਾਮ ਦਾ ਬਹੁਤ ਜ਼ਿਕਰ ਹੈ। ਹਾਂ, 2500 ਵਾਰ ਦੇ ਕਰੀਬ ਜ਼ਿਕਰ ਹੈ। ਉਹ ਕਿਹੜੇ ਰਾਮ ਦਾ ਜ਼ਿਕਰ ਹੈ? ਸਿੱਖੀ 'ਚ ਹਵਨ ਦਾ ਕੋਈ ਸਥਾਨ ਹੈ? ਨਾ, ਆਨੰਦਪੁਰ ਸਾਹਿਬ ਕੋਈ ਕੋਈ ਅਸਥਾਨ ਬਣਿਆ ਵੀ ਜਿੱਥੇ ਹਵਨ ਹੋਇਆ ਹੋਵੇ? ਕੋਈ ਦਮਦਮਾ ਸਾਹਿਬ ਮਹਾਰਾਜ ਰਹੇ ਉੱਥੇ ਬਣਿਆ ਹੋਵੇ? ਕੋਈ ਹਜ਼ੂਰ ਸਾਹਿਬ ਹਵਨ ਦਾ ਸਥਾਨ ਬਣਿਆ ਹੋਵੇ ਜੀ ਹਵਨ ਕੀਤਾ? ਸਿੱਖ ਇਸ ਸਿਧਾਂਤ ਤੇ ਚੱਲਦਾ ਕਿ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਇਸ ਸਿਧਾਂਤ ਤੇ ਅਸੀਂ ਕਹਿੰਦੇ ਹਾਂ ਕਿ ਸਭ ਧਰਮਾਂ ਦਾ ਸਤਿਕਾਰ ਹੈ। ਮੁਲਕ ਕੋਈ ਵੀ ਹੋਵੇ ਦੁਨੀਆਂ ਦਾ, ਜਿੱਥੇ ਵੀ ਅਸੀਂ ਰਹਿੰਦੇ ਹਾਂ, ਨਿਆਰੇਪਨ ਦੀ ਗੱਲ ਕਰਦੇ ਹਾਂ ਕਿ ਸਿੱਖ ਨਿਆਰਾ ਹੈ, ਪਰ ਨਿਆਰਾ ਹੈ ਕਿਵੇਂ? ਇਹ ਚਰਚਾ ਆਮ ਹੈ, ਖਾਸ ਤੌਰ 'ਤੇ ਭਾਰਤ ਦੇ ਵਿੱਚ, ਕਿ ਸਿੱਖ ਤਾਂ ਹਿੰਦੂਆਂ 'ਚੋਂ ਨਿਕਲੇ ਹੈ, ਸਿੱਖ ਹਿੰਦੂ ਦਾ ਹੀ ਹਿੱਸਾ ਨੇ। ਇੱਥੋਂ ਤੱਕ ਕਿ ਕੇਸਾਧਾਰੀ ਹਿੰਦੂ ਹੋਣ ਦਾ ਸਾਨੂੰ ਸੰਵਿਧਾਨਕ ਤੌਰ ਦੇ ਉੱਤੇ ਲੇਬਲ ਲਾ ਦਿੱਤਾ ਗਿਆ। ਸਿੱਖ ਲੜਾਈ ਲੜਦਾ, ਧਾਰਾ 25 ਦੇ ਖਿਲਾਫ਼ ਲੜਾਈ ਲੜਦਾ, ਔਰ ਇਹ ਕਹਿੰਦਾ ਕਿ ਅਸੀਂ ਵੱਖਰੇ ਹਾਂ, ਸਾਡੀ ਹੋਂਦ ਵੱਖਰੀ ਹੈ, ਔਰ ਅਸੀਂ ਆਪਣਾ ਜਿਹੜਾ ਧਰਮ ਹੈ ਉਹ ਵੱਖਰਾ ਸਥਾਪਿਤ ਕੀਤਾ, ਤਾਂ ਅਸੀਂ ਤੁਹਾਡੇ 'ਚੋਂ ਨਾ ਨਿਕਲੇ ਹਾਂ, ਨਾ ਤੁਹਾਡੇ ਅਧੀਨ ਹਾਂ, ਨਾ ਤੁਹਾਡੇ ਵਰਗੇ ਹਾਂ, ਅਸੀਂ ਵੱਖਰੇ ਹਾਂ। ਇਸ ਬਾਰੇ ਅਕਸਰ ਚਰਚਾ ਰਹਿੰਦੀ, ਔਰ ਅੱਜ ਕੱਲ੍ਹ ਤਾਂ ਇਹ ਚਰਚਾ ਬਹੁਤ ਖੂਬ ਹੈ। ਬਹੁਤ ਸਾਰੇ ਸਿੱਖ ਜਿਹੜੇ ਅਯੋਧਿਆ ਗਏ, ਕਈਆਂ ਨੇ ਕਿਤਾਬਾਂ ਲਿਖਤੀਆਂ, ਮੋਦੀ ਅ ਟਰੂ ਸਿੱਖ, ਕਈਆਂ ਨੇ ਲੰਗਰ ਲਾ ਤਾ ਉੱਥੇ ਜਾ ਕੇ, ਬਹੁਤ ਕੁਛ ਹੋ ਰਿਹਾ। ਇਸ ਦੇ ਦੌਰਾਨ ਇੱਕ ਸਾਰਥਕ ਚਰਚਾ
ਇੱਕ ਸੁਚੱਜੀ ਗੱਲਬਾਤ, ਆਈਡੀਓਲੋਜੀ ਦੀ ਗੱਲਬਾਤ ਕਿ ਆਈਡੀਓਲੋਜੀ ਕੀ ਕਹਿੰਦੀ ਹੈ, ਇਹ ਜਾਣਨਾ ਕਿ ਇਹਨੂੰ ਕਿਵੇਂ ਡਿਫਾਈਨ ਕਰ ਸਕਦੇ ਹਾਂ, ਇਸ ਬਾਰੇ ਅੱਜ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹੀ ਹੈ ਕਿ ਅਕਸਰ ਹੀ ਰੋਜ਼ ਅਸੀਂ ਇਹ ਗੱਲ ਸੁਣਦੇ ਹਾਂ ਵੀ ਸਿੱਖ ਹਿੰਦੂਇਜ਼ਮ ਦਾ ਹੀ ਹਿੱਸਾ ਹੈ ਅਤੇ ਸਿੱਖ ਹਿੰਦੂਆਂ 'ਚੋਂ ਨਿਕਲੇ ਹੈ। ਮੈਨੂੰ ਇਹ ਦੱਸੋ ਕਿ ਸਿਧਾਂਤਕ ਤੌਰ ਦੇ ਉੱਤੇ, ਜਿਹੜਾ ਬੁਨਿਆਦੀ ਤੌਰ ਦੇ ਉੱਤੇ ਡਿਫਰੈਂਸ ਕੀ ਹੈ? ਸਭ ਤੋਂ ਜਿਹੜਾ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਪੰਡਿਤ ਹਰਦਿਆਲ ਦੇ ਨਾਲ ਜਦੋਂ ਉਹ 9 ਸਾਲ ਦੇ ਹੋਏ ਅਤੇ ਮਹਿਤਾ ਕਾਲੂ ਜੀ ਨੇ ਸੋਚਿਆ ਵੀ ਇਹਨਾਂ ਨੂੰ ਜਨੇਊ ਪਵਾਈਏ, ਜੱਗੋ ਪਵੀਤ ਵੀ ਇਹਦੀ ਰਸਮ ਕਰੀਏ। ਉਹਨਾਂ ਨੇ ਬਕਾਇਦਾ ਦਿਨ ਰੱਖਿਆ ਅਤੇ ਉਹ ਸਾਰਾ ਇਕੱਠ ਕੀਤਾ, ਉਹਨਾਂ ਨੇ ਸਮੱਗਰੀ ਲਿਖੀ, ਸਾਰੀ ਇਕੱਠ ਕਰਕੇ ਸਮੱਗਰੀ, ਸਾਰੇ ਪਕਵਾਨ ਬਣਾਏ ਗਏ ਅਤੇ ਪਹਿਲੇ ਪਾਤਸ਼ਾਹ ਨੂੰ ਜਦੋਂ ਚੌਂਕੀ 'ਤੇ ਬਿਠਾ ਕੇ ਪਾਉਣ ਲੱਗੇ ਅਤੇ ਉਹਨਾਂ ਨੇ ਪੰਡਿਤ ਹਰਦਿਆਲ ਦਾ ਹੱਥ ਫੜ ਲਿਆ। ਉਹ ਜਦੋਂ ਹੱਥ ਫੜਿਆ ਪੰਡਿਤ ਹਰਦਿਆਲ ਨੂੰ, ਅੱਜ ਤਾਂ ਕਦੀ ਕਿਸੇ ਨੇ ਹੱਥ ਫੜਿਆ ਹੀ ਨਹੀਂ ਸੀ, ਉਹਨੂੰ ਬੜਾ ਗੁੱਸਾ ਹੋਇਆ ਇਸ ਚੀਜ਼ ਦਾ। ਇਕਦਮ ਉਹ ਰੋਕ ਕੇ ਉਹਨਾਂ ਨੂੰ ਕਹਿੰਦਾ ਵੀ ਮੈਂ ਗਲਤ ਕਰ ਰਿਹਾ, ਹੁਣ ਕਿਸੇ ਨੂੰ ਵੀ ਕੋਈ ਸਭਾ 'ਚ ਫੜ ਲਿਓ, ਪਹਿਲਾਂ ਇਹੀ ਸਵਾਲ ਕਰੂਗਾ ਵੀ ਮੈਂ ਗਲਤ ਕਰ ਰਿਹਾ ਕੁਛ? ਅਤੇ ਉਹ ਕਹਿੰਦਾ ਜੀ ਨਹੀਂ ਬਿਲਕੁਲ। ਜਦੋਂ ਉਹਨੇ ਕਿਹਾ ਵੀ ਗਲਤ ਕਰਨੀ, ਕਹਿੰਦੇ ਮਹਾਰਾਜ ਕਹਿੰਦੇ ਵੀ ਠੀਕ। ਅਤੇ ਹੁਣ ਜਦੋਂ ਉਹਨਾਂ ਨੂੰ ਠੀਕ ਹੈ, ਉਹਨੂੰ ਮਾੜੀ ਸ਼ਾਂਤੀ ਮਿਲੀ, ਪਰ ਉਹ ਵਿਦਵਾਨ ਸੀ, ਉਹ ਨਾਲ ਦੀ ਨਾਲ ਉਹਦੇ ਅੰਦਰ ਸਵਾਲ ਪੈਦਾ ਹੋਇਆ ਵੀ ਜੇ ਮੈਂ ਠੀਕ ਹਾਂ ਤਾਂ ਫਿਰ ਰੋਕਿਆ ਕਿਹੜੀ ਗੱਲੋਂ ਹੈ ਤੁਸੀਂ? ਉਹ ਕਹਿੰਦੇ ਜੀ ਮੈਂ ਠੀਕ ਨਾਲ ਸਹਿਮਤ ਨਹੀਂ ਹੈਗਾ। ਕਹਿੰਦਾ ਵੀ ਫਿਰ ਤੁਸੀਂ ਕਾਹਦੇ ਨਾਲ ਸਹਿਮਤ ਹੋ? ਉਹ ਕਹਿੰਦੇ ਮੈਂ ਕੰਪਲੀਟ ਨਾਲ ਸਹਿਮਤ ਹੈ, ਤੇਰੀ ਗੱਲ ਤਾਂ ਠੀਕ ਹੈ, ਤੇਰਾ ਜਨੇਊ ਠੀਕ ਹੈ, ਪਰ ਕੰਪਲੀਟ ਨਹੀਂ ਹੈਗਾ। ਕਹਿੰਦਾ ਵੀ ਉਹ ਕਹਿੰਦਾ ਵੀ ਜੇ ਤੇਰੇ ਕੋਲ ਕੰਪਲੀਟ ਜਨੇਊ ਹੈਗਾ ਤਾਂ ਮੈਨੂੰ ਪਾ ਦਿਓ। ਉਹ ਕਹਿੰਦਾ ਵੀ ਉਹਨੇ ਪਹਿਲੀ ਵਾਰੀ ਸੁਣਿਆ ਸੀ। ਉਹ ਕਹਿੰਦਾ ਬਣਦਾ ਕਿਵੇਂ ਹੈ? ਉਹ ਕਹਿੰਦਾ ਜੀ ਬਣਦਾ ਤਾਂ ਜਿਵੇਂ ਠੀਕ ਬਣਦਾ ਉਵੇਂ ਹੀ ਬਣਦਾ। ਪਰ ਉਹ ਕਹਿੰਦਾ ਫਿਰ ਜੇ ਠੀਕ ਬਣਦਾ ਤਾਂ ਉਵੇਂ ਹੀ ਬਣਦਾ, ਫਿਰ ਫਰਕ ਕੀ ਹੈ? ਉਹ ਕਹਿੰਦੇ ਮਟੀਰੀਅਲ ਦਾ ਫਰਕ ਹੈ ਵੀ ਤੇਰਾ ਕਪਾਹ ਤੋਂ ਬਣਦਾ, ਜਿਹੜਾ ਕੰਪਲੀਟ ਜਨੇਊ ਹੈ ਉਹ ਦਇਆ ਤੋਂ ਬਣਦਾ, ਦਇਆ ਦੀ ਕਪਾਹ। ਵੀ ਜਿਹੜਾ ਸਾਰਾ ਫਰਕ ਹੈ ਉਹ ਵੀ ਉਹ ਗਲਤ ਨਹੀਂ ਕਿਹਾ ਉਹਨਾਂ ਨੇ, ਮਹਾਰਾਜ ਨੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੂੰ ਗਲਤ ਹੈ। ਉਹ ਕਹਿੰਦੇ ਠੀਕ ਹੈ ਪਰ ਤੂੰ ਕੰਪਲੀਟ ਹੋ। ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ, ਅਸੀਂ ਕੰਪਲੀਟ ਵਾਲੇ ਪਾਸੇ ਸਿੱਖ ਨੂੰ ਕੰਪਲੀਟ ਬਣਾਇਆ, ਠੀਕ ਤੈਂ ਤਾਂ ਉਹ ਕਹਿੰਦੇ ਵੀ ਕੰਪਲੀਟ ਨੂੰ ਪਾ ਲਓ ਅੰਦਰ ਜੇ ਪਾਉਣਾ, ਉਹ ਗੁਣਾਂ ਦੇ ਨਾਲ ਬਣਦਾ, ਠੀਕ ਨੂੰ ਛੱਡਤਾ, ਠੀਕ ਉਹਨਾਂ ਨੇ ਪਾਇਆ ਹੀ ਨਹੀਂ ਹੈਗਾ। ਅਤੇ ਇਸ ਕਰਕੇ ਇਹ ਸਾਰਾ ਮੇਨ ਉਹ ਕਹਿੰਦੇ ਵੀ ਤੁਸੀਂ ਸਾਡੇ 'ਚੋਂ ਨਿਕਲੇ ਹੋ, ਅਸੀਂ ਤਾਂ ਨਿਕਲੇ ਹੁੰਦੇ ਜੇ ਮਹਾਰਾਜ ਨੇ ਪਹਿਲਾਂ ਜਨੇਊ ਪਾਇਆ ਹੁੰਦਾ। ਵੀ ਇਹ ਉਹ ਸਵਾਲ ਕਰ ਦਿੰਦੇ ਆ ਸਾਡੇ 'ਤੇ ਅਕਸਰ। ਕੀ ਇਹਨਾਂ ਨੇ ਜੀ ਵੀ ਅੱਜ ਦਾ ਸਮਾਂ ਇਹ ਚੱਲ ਰਿਹਾ ਵੀ ਬੰਦੇ ਸਵਾਲ ਕਰ ਦਿੰਦੇ ਆ, ਉਹ ਦੋ ਚੀਜ਼ਾਂ ਨੇ, ਜਾਂ ਤਾਂ ਸਹੀ ਸਵਾਲ ਦਾ ਜਵਾਬ ਹੋਊਗਾ ਜਾਂ ਫਿਰ ਸਵਾਲ ਗਲਤ ਹੋਊਗਾ। ਇਹ ਸਵਾਲ ਗਲਤ ਹੈ ਵੀ ਤੁਸੀਂ ਸਾਡੇ 'ਚੋਂ ਨਿਕਲੇ ਹੋ। ਸਵਾਲ ਇਹ ਜੇ ਕਿਸੇ ਤੇ ਕਰਦਾ ਵੀ ਤੁਸੀਂ ਸਾਡੇ 'ਚੋਂ ਨਿਕਲੇ ਹੋ, ਤੇ ਸਵਾਲ ਉਲਟਾ ਉਹਦੇ 'ਤੇ ਕਰੋ ਵੀ ਤੂੰ ਦੱਸ ਅਸੀਂ ਕਿਉਂ ਨਿਕਲੇ, ਕੀ ਲੋੜ ਪਈ ਸੀ ਸਾਨੂੰ ਬਾਹਰ ਨਿਕਲਣ ਦੀ? ਵੀ ਤੂੰ ਪੂਰ ਕੰਪਲੀਟ ਨਹੀਂ ਸੀ, ਅਸੀਂ ਕੰਪਲੀਟ ਹੋਣ ਵਾਸਤੇ ਨਿਕਲੇ। ਇਸ ਕਰਕੇ ਜਿਹੜਾ ਸਿੱਖੀ ਦਾ ਸਿੱਖੀ ਹੈਗੀ ਕੰਪਲੀਟ, ਅਤੇ ਸਨਾਤਨ ਮਤ ਠੀਕ ਹੈ, ਰਾਈਟ ਹੈ, ਕੰਪਲੀਟ ਨਹੀਂ ਹੈਗਾ, ਸਿੱਖ ਨੂੰ ਕੰਪਲੀਟ ਬਣਾਇਆ ਗਿਆ ਉਹਨਾਂ ਨੇ। ਪਰ ਇਹ ਗੱਲ ਕਿਉਂ ਕਹਿ ਰਹੇ ਹੋ ਕਿ ਸਨਾਤਨ ਮਤ ਕੰਪਲੀਟ ਨਹੀਂ ਹੈ? ਵੀ ਠੀਕ ਹੈ, ਠੀਕ ਹੁਣ ਠੀਕ ਹੈ, ਰਸਮਾਂ ਠੀਕ ਨੇ ਸਾਨੂੰ, ਹੁਣ ਜਿਵੇਂ ਦੀ ਉਹ ਇੱਕ ਜਗ੍ਹਾ ਦੀ ਪੂਜਾ ਵੀ ਇੱਕ ਜਗ੍ਹਾ 'ਤੇ ਕਰਦੇ ਆ, ਸਾਨੂੰ ਕਿਹਾ ਗਿਆ ਵੀ ਸਾਰੇ ਕਿਤੇ ਪਰਮਾਤਮਾ ਨੂੰ ਮੰਨੋ। ਰਾਮ ਦਾ ਵੀ ਹੁਣ ਉਹ ਠੀਕ ਹੈ ਵੀ ਰਾਮ ਮੰਦਰ ਇੱਕ ਜਗ੍ਹਾ 'ਤੇ ਹੈ, ਪਰ ਜਿਹੜਾ ਸਾਨੂੰ ਰਾਮ ਦਾ ਉਹਨਾਂ ਨੇ ਕਿਹਾ ਵੀ ਬਕਾਇਦਾ ਉਹਨਾਂ ਨੇ ਰਾਮ ਦੀ ਵਿਆਖਿਆ ਕੀਤੀ 3 ਪੰਕਤੀਆਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ। ਪਹਿਲੀ ਪੰਕਤੀ ਦੇ ਵਿੱਚ ਉਹ ਰਾਰੇ ਦੀ ਵਿਆਖਿਆ ਕਰਦੇ ਆ, ਸ਼੍ਰੀ ਰਾਮ ਚੰਦ ਜਿਹ ਰੂਪ ਨਾ ਰੇਖਿਆ, ਵੀ ਉਹ ਇਕੱਲੀ ਜਿਹਦਾ ਨਾ ਤਾਂ ਕੋਈ ਰੂਪ ਹੈ ਨਾ ਕੋਈ ਰੇਖਿਆ। ਫਿਰ ਇਕੱਲੇ ਕੰਨੇ ਦੀ ਵਿਆਖਿਆ ਕਰਦੇ, ਕਿਹੜੇ ਰਾਮ ਚੰਦ ਦਾ ਜ਼ਿਕਰ ਹੋ ਰਿਹਾ? ਦਸ਼ਰਥ ਪੁੱਤਰ ਦਾ ਹੋ ਰਿਹਾ, ਜਿਹੜੇ ਜਿਹੜੇ ਨਾਲ ਸਾਨੂੰ ਜੋੜਿਆ ਗਿਆ ਵਿਆਪਕ ਦਾ, ਜਿਹਦਾ ਕੋਈ ਰੂਪ ਨਹੀਂ ਹੈ।
ਤਾਂ ਇੱਥੇ ਉਸ ਰਾਮ ਦੀ ਗੱਲ ਨਹੀਂ ਹੋ ਰਹੀ, ਉਸ ਰਾਮ ਦੀ ਗੱਲ ਨਹੀਂ ਹੋ ਰਹੀ ਜਿਹੜਾ ਜਿਹਦਾ ਕੋਈ ਰੂਪ ਨਹੀਂ ਹੈ, ਜਿਹਦਾ ਕੋਈ ਰੇਖ ਨਹੀਂ ਹੈ। ਫਿਰ ਕੰਨੇ ਦੀ ਵੀ ਉਹ ਵਿਆਖਿਆ ਕਰਦੇ ਆ ਵੀ ਬਨਵਾਲੀ ਚੱਕਰ ਪਾਣ ਦਰਸ਼ਨ ਨੂੰ ਪਿਆ, ਇਹ ਸਾਰੇ ਪਰਮਾਤਮਾ ਦੇ ਗੁਣਾਂ ਦਾ ਜ਼ਿਕਰ ਹੈ। ਫਿਰ ਮੰਮੇ ਦਾ ਜ਼ਿਕਰ ਕਰਦੇ ਆ ਵੀ ਸਹਿਸ ਮੂਰਤ ਜਿਹਦੀਆਂ ਹਜ਼ਾਰਾਂ ਹੀ ਮੂਰਤੀਆਂ ਨੇ, ਇੱਕ ਦਾਤਾ ਸਭ ਹੈ ਮੰਗਾ ਜਿਹਦੇ ਕੋਲੋਂ ਸਾਰੇ ਹੀ ਮੰਗਦੇ ਨੇ। ਉਹ ਮੂਰਤੀਆਂ ਕਿਹੜੀਆਂ? ਹਜ਼ਾਰਾਂ ਮੂਰਤੀਆਂ ਸਾਰੇ ਸਰੀਰ। ਪਰ ਇਹ ਤਾਂ ਪ੍ਰਚਾਰ ਤਾਂ ਇਹ ਹੁੰਦਾ ਕਿ ਸ਼੍ਰੀ ਰਾਮ ਚੰਦਰ ਜੀ ਦੀਆਂ ਜਿਹੜੀਆਂ ਮੂਰਤੀਆਂ ਨੇ, ਇਹ ਉਹਦਾ ਜ਼ਿਕਰ ਕੀਤਾ ਜਾ ਰਿਹਾ? ਨਹੀਂ, ਉਹਦਾ ਜ਼ਿਕਰ ਜਿਹੜੀਆਂ 10 ਥਾਵਾਂ, 10 ਕੁ ਦੇ ਥਾਵਾਂ ਦੇ ਕਰੀਬ ਹੋਣਾ ਹੈ ਅੰਦਾਜ਼ਨ ਦੇ ਮੁਤਾਬਕ, ਜਿਹਦੇ ਵਿੱਚ ਇਹ ਹੁਣ ਪ੍ਰਚਾਰ ਹੋਇਆ ਵੀ ਗੁਰੂ ਗ੍ਰੰਥ ਸਾਹਿਬ 'ਚ ਤਾਂ ਰਾਮ ਦਾ ਬਹੁਤ ਜ਼ਿਕਰ ਹੈ। ਹਾਂ, 2500 ਵਾਰ ਦੇ ਕਰੀਬ ਜ਼ਿਕਰ ਹੈ। ਉਹ ਕਿਹੜੇ ਰਾਮ ਦਾ ਜ਼ਿਕਰ ਹੈ? 2490 ਵਾਰ ਪਰਮਾਤਮਾ ਦਾ ਜ਼ਿਕਰ ਹੈ ਜਿਹਦਾ ਕੋਈ ਰੂਪ ਨਹੀਂ ਹੈਗਾ, ਜਿਹਦਾ ਕੋਈ ਆਕਾਰ ਨਹੀਂ ਹੈਗਾ। ਅਤੇ 10 ਵਾਰੀ ਉਹਦਾ ਜ਼ਿਕਰ ਹੈ ਜਿਹੜੇ ਦਸ਼ਰਥ ਪੁੱਤਰ ਹੋਏ ਨੇ, ਜਿਹੜੇ ਬਨਵਾਸ ਦੇ ਵਿੱਚ ਵੀ ਗਏ, ਜਿਨ੍ਹਾਂ ਨੇ ਰਾਮ ਰਾਵਣ ਦੇ ਨਾਲ ਲੜਾਈ ਵੀ ਕੀਤੀ, 10 ਵਾਰੀ ਉਹਦਾ ਜ਼ਿਕਰ ਹੈ ਅੰਦਾਜ਼ਨ ਦੇ ਮੁਤਾਬਕ। ਉਹ ਜ਼ਿਕਰ ਕਿਸ ਸੰਦਰਭ 'ਚ ਹੋਇਆ, ਜਗ੍ਹਾ ਜਗ੍ਹਾ 'ਤੇ? ਉਹ ਜਗ੍ਹਾ ਜਗ੍ਹਾ 'ਤੇ, ਹੁਣ ਜਿਵੇਂ ਦੀ ਪਹਿਲੀ ਗੱਲ ਤਾਂ ਇਹ ਹੈ ਵੀ ਰੋਣ ਦੇ ਵੀ ਉਹ ਰੋਏ, ਰੋਣ ਦੇ ਮਾਮਲੇ 'ਚ ਹੋਇਆ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਸਹੰਸਰਦਾਨ ਦੇ ਇੰਦਰ ਰੋਵਾਇਆ, ਪਰਸਰਾਮ ਰੋਵੈ ਘਰ ਆਇਆ, ਅਜੈ ਸੁਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲ ਰੋਵੈ ਰਾਮ ਨਿਕਾਲਾ ਪਾਇਆ। ਉਹ ਤਾਂ ਰਾਮਚੰਦਰ ਜੀ ਦੇ ਰੋਣ ਦਾ ਜ਼ਿਕਰ ਕਰਦੇ ਵੀ ਜਦੋਂ ਉਹਨਾਂ ਨੂੰ ਬਨਵਾਸ ਮਿਲਿਆ ਉਹ ਰੋਣ ਲੱਗ ਗਏ। ਉਹ ਫਿਰ ਉਹ ਸਾਰੇ ਸ਼ਬਦ ਦੇ ਵਿੱਚ ਜਦੋਂ ਸਾਰਿਆਂ ਦੇ ਰੋਣ ਦਾ ਜ਼ਿਕਰ ਕਰਦੇ ਆ, ਰਾਮਚੰਦਰ ਜੀ ਦੇ ਰੋਣ ਦਾ ਜ਼ਿਕਰ ਕਰਦੇ ਆ, ਫਿਰ ਉਹ ਅਖੀਰ 'ਚ ਕਹਿੰਦੇ ਵੀ ਨਾਮ ਤੋਂ ਬਿਨਾਂ ਕੋਈ ਜਿੱਤ ਹੀ ਨਹੀਂ ਸਕਦਾ, ਤਾਂ ਸਾਰਿਆਂ ਦੀਆਂ ਉਦਾਹਰਨਾਂ ਦੇ ਕੇ। ਔਰ ਉਹ ਨਾਲ ਇੱਕ ਉੱਥੇ ਉਹ ਇਸ ਗੱਲ 'ਚ ਜ਼ਿਕਰ ਕਰ ਰਹੇ ਹੈ ਵੀ ਜੇ ਤ੍ਰੇਤੇ ਦੇ ਵਿੱਚ ਰਾਮਚੰਦਰ ਜੀ ਵੀ ਰੋਏ ਨੇ ਤਾਂ ਮਤਲਬ ਬਾਕੀ ਜਗ ਉਸ ਸਮੇਂ ਦੇ ਵਿੱਚ ਇਹ ਨਹੀਂ ਵੀ ਬਾਕੀ ਦੇ ਮਨੁੱਖ ਸੌਖੇ ਸੀਗੇ, ਵੀ ਜਦੋਂ ਅਵਤਾਰ ਹੀ ਮੇਨ ਅਵਤਾਰ ਹੀ ਰੋ ਰਹੇ ਹੈ ਅਤੇ ਬਾਕੀ ਦੇ ਤਾਂ ਦੁਖੀ ਸੀਗੇ ਹੀ ਸੀਗੇ। ਉਹ ਕਹਿੰਦੇ ਵੀ ਨਾਮ ਤੋਂ ਬਿਨਾਂ ਕੋਈ ਬੰਦਾ ਜਿੱਤਦਾ ਹੀ ਨਹੀਂ ਹੈਗਾ, ਹਾਰ ਕੇ ਜਾਂਦਾ, ਰੋਂਦਾ, ਰੋਣਾ ਮਿਟਦਾ ਹੀ ਨਹੀਂ ਹੈਗਾ। ਪਰ ਇਹ ਪ੍ਰਚਾਰਿਆ ਇਹ ਜਾ ਰਿਹਾ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਜਿੱਥੇ ਰਾਮ ਦਾ ਜ਼ਿਕਰ ਹੈ ਉਹ ਦਸ਼ਰਥ ਪੁੱਤਰ ਰਾਮ ਦਾ ਜ਼ਿਕਰ ਹੈ। ਤੁਸੀਂ ਕਹਿ ਰਹੇ ਹੋ ਕਿ 2500 ਵਾਰ ਦੇ ਕਰੀਬ ਆਇਆ ਕੁੱਲ? ਹਾਂ, ਅੰਦਾਜ਼ਨ। ਤਾਂ ਸਿਰਫ 10 ਵਾਰ ਦਸ਼ਰਥ ਪੁੱਤਰ ਰਾਮ ਦਾ ਜ਼ਿਕਰ ਹੈ, ਬਾਕੀ ਉਸ ਪਰਮਾਤਮਾ ਦਾ ਜਿਹਦਾ ਕੋਈ ਆਕਾਰ ਨਹੀਂ ਹੈ, ਜਿਹਦਾ ਕੋਈ ਰੂਪ ਨਹੀਂ ਹੈ ਉਹਦਾ ਜ਼ਿਕਰ ਹੈ, ਜਿਹਦੀਆਂ ਸਾਰੇ ਹੀ ਆਕਾਰ ਉਹਦੇ ਨੇ ਤੇ ਜਿਹਦੇ ਕੋਲੋਂ ਸਾਰੇ ਹੀ ਮੰਗਦੇ ਨੇ। ਤਾਂ ਜਿਹੜੀਆਂ ਮੂਰਤੀ ਦੀ ਵੀ ਤੁਸੀਂ ਗੱਲ ਕਰ ਰਹੇ ਸੀ, ਉਹ ਮੂਰਤ ਦਾ ਮਤਲਬ ਹੈ ਮੂਰਤੀ ਉਸ ਅਕਾਲ ਪੁਰਖ ਪਰਮਾਤਮਾ ਦੀ ਮੂਰਤੀ, ਵੀ ਜਿਹੜੇ ਵੀ ਸਹਿਸ ਮੂਰਤ ਵੀ ਸਾਰੀਆਂ ਹੀ ਮੂਰਤੀਆਂ ਸਾਰੇ ਸਰੀਰ ਜਿਹਦੇ ਨੇ, ਜਿਹਦੇ ਤੋਂ ਬਣੇ ਨੇ। ਜਿਹੜੀਆਂ ਮੂਰਤੀਆਂ ਹੁਣ ਅਸੀਂ ਤਿਆਰ ਕਰ ਲੈਂਦੇ ਆਪਦੇ, ਉਸ ਮੂਰਤੀ ਦਾ ਜ਼ਿਕਰ ਨਹੀਂ ਹੈ, ਉਸ ਮੂਰਤੀ ਦਾ ਜ਼ਿਕਰ ਨਹੀਂ। ਹੋਰ ਬਹੁਤ ਸਾਰੀਆਂ ਐਸਪੈਕਟਸ 'ਤੇ ਇਹਨਾਂ ਦਿਨਾਂ 'ਚ ਚਰਚਾ ਹੋਈ ਹੈ। ਮੈਂ ਥੋੜ੍ਹੇ ਦਿਨ ਪਹਿਲਾਂ ਬਾਬਾ ਹਰਜੀਤ ਸਿੰਘ ਹੋਣਾ ਦਾ ਇੱਕ ਇੰਟਰਵਿਊ ਕੀਤਾ, ਜਿਨ੍ਹਾਂ ਨੇ ਲੰਗਰ ਲਾਇਆ ਉੱਥੇ ਅਯੋਧਿਆ ਜਾ ਕੇ। ਪਹਿਲਾਂ ਤਾਂ ਮੇਰਾ ਇਹ ਸਵਾਲ ਹੈ ਕਿ ਸਿੱਖਾਂ ਵੱਲੋਂ ਉੱਥੇ ਲੰਗਰ ਲਾਉਣਾ ਜਾਇਜ਼ ਹੈ ਜਾਂ ਗਲਤ ਹੈ? ਇਹ ਨਹੀਂ, ਚਲੋ ਉਹ ਤਾਂ ਇੱਕ ਜੇ ਆਪਾਂ ਭਾਵਨਾ ਦੇ ਤੌਰ 'ਤੇ ਵੀ ਚਲੋ ਠੀਕ ਹੈ ਜੀ ਵੀ ਇਕੱਠ ਹੋ ਰਿਹਾ, ਹਾਂ ਉਸ ਤੌਰ 'ਤੇ ਤਾਂ ਕੋਈ ਕਿਧਰੇ ਵੀ ਆਪਾਂ ਇਕੱਠ ਦੇ ਵਿੱਚ ਆਪਾਂ ਚਲੋ ਲਗਾ ਦਿੰਦੇ ਹਾਂ, ਉਹ ਤਾਂ ਕੋਈ ਇਸ ਚੀਜ਼ ਨਾਲ ਤਾਂ ਇੰਨਾ ਉਹ ਨਹੀਂ ਹੈ। ਪਰ ਜੇ ਕੋਈ ਉੱਥੇ ਹੋਰ ਇਸ ਤਰ੍ਹਾਂ ਦੀ ਰਸਮ ਕਰਦਾ ਸਿੱਖ, ਜਿਵੇਂ ਕੋਈ ਹਵਨ ਕਰਨ ਦੀ ਗੱਲ ਕਰਦਾ, ਉਹਨਾਂ ਨੇ ਗੱਲ ਕੀਤੀ, ਮੈਂ ਉਸੇ 'ਤੇ ਹੀ ਆ ਰਿਹਾ ਕਿ ਕਰਕੇ ਉਹ ਹਵਨ ਵੀ ਕਰਦੇ ਆ, ਉਹ ਤਿਲਕ ਵੀ ਲਾਉਂਦੇ ਆ, ਇਹ ਦੋਨੋਂ ਗੱਲਾਂ ਸਮਝਾਓ। ਸਿੱਖੀ 'ਚ ਹਵਨ ਦਾ ਕੋਈ ਸਥਾਨ ਹੈ? ਸਿੱਖੀ ਜੇ ਹੁਣ ਉਹ ਕਿਧਰੇ ਵੀ ਉਹ ਮੈਂ ਉਹਨਾਂ ਦੀ ਵੀ ਸੁਣੀ, ਉਹ ਕਹਿੰਦੇ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਚੱਲੀ, ਹਾਂ ਵੀ ਫਿਰ ਉਹ ਕਿਸੇ ਹਵਾ ਦੇ ਵਿੱਚ ਤਾਂ ਮਰਿਆਦਾ ਚੱਲਦੀ ਨਹੀਂ, ਕਿਸੇ ਅਸਥਾਨ 'ਤੇ ਹੀ ਚੱਲੀ ਹੋਊਗੀ, ਵੀ ਨਾ ਆਨੰਦਪੁਰ ਸਾਹਿਬ ਕੋਈ ਕੋਈ ਅਸਥਾਨ ਬਣਿਆ ਵੀ ਜਿੱਥੇ ਹਵਨ ਹੋਇਆ ਹੋਵੇ, ਕੋਈ ਦਮਦਮਾ ਸਾਹਿਬ ਮਹਾਰਾਜ ਰਹੇ ਉੱਥੇ ਬਣਿਆ ਹੋਵੇ, ਕੋਈ ਹਜ਼ੂਰ ਸਾਹਿਬ ਹਵਨ ਦਾ ਸਥਾਨ ਬਣਿਆ ਹੋਵੇ ਵੀ ਜੀ ਹਵਨ ਕੀਤਾ, ਅਸਥਾਨ ਹੀ ਹੈ ਨਹੀਂ। ਔਰ ਕਿਧਰੇ ਵੀ ਇਹ
ਜਿਹੜਾ ਹਵਨ ਦਾ ਜ਼ਿਕਰ ਹੈ ਜਿਵੇਂ ਦੀ ਜਨੇਊ ਨੂੰ ਪੂਰਨ ਕੀਤਾ ਮਹਾਰਾਜ ਨੇ, ਉਹ ਕਹਿੰਦੇ ਵੀ ਸਾਧ ਕਰ ਸਮੱਧਾਂ ਤ੍ਰਿਸ਼ਨਾ ਕਿਉ ਤੇਲ, ਕਾਮ ਕ੍ਰੋਧ ਅਗਨੀ ਸਿਉ ਮੇਲ, ਹੋਮ ਜਗ ਔਰ ਪਾਠ ਪੁਰਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਵੀ ਇਹ ਜਨ ਇਹ ਤੂੰ ਹਵਨ ਕਰਨਾ ਤਾਂ ਇਹ ਕਰ ਵੀ ਸਵਾਦ ਨੂੰ ਤੂੰ ਲੱਕੜਾਂ ਬਣਾ, ਤ੍ਰਿਸ਼ਨਾ ਜਿਹੜੀ ਤੇਰੇ ਅੰਦਰ ਹੋਰ ਹੋਰ ਦੀ ਮੰਗ ਹੈ ਉਹ ਘਿਓ ਤੇਲ ਬਣਾ, ਕਾਮ ਕ੍ਰੋਧ ਦੀ ਅਗਨੀ ਦੇ ਵਿੱਚ ਉਹਨੂੰ ਸਾੜ, ਵੀ ਜੋ ਕੁਛ ਹੋ ਗਿਆ ਉਹ ਵੇਦ ਅਤੇ ਪੁਰਾਣਾਂ ਦਾ ਪਾਠ ਹੈ। ਇਸ ਦਾ ਜ਼ਿਕਰ ਹੈ ਵੀ ਇਹ ਅੰਦਰੂਨੀ ਤੌਰ 'ਤੇ ਕੰਪਲੀਟ ਤਾਂ ਕੀਤਾ ਜਾ ਸਕਦਾ। ਮਹਾਰਾਜ ਨੇ ਚੰਡੀ ਪ੍ਰਗਟ ਕੀਤੀ, ਚੰਡੀ ਦੀ ਵਾਰ ਪੜ੍ਹੀ, ਉਹ ਫਿਰ ਪੂਰੀ ਕਹਾਣੀ ਉਹ ਸੁਣਾਉਂਦੇ ਹੈ। ਨਹੀਂ ਨਹੀਂ ਉਹ ਤਾਂ ਜੋ ਮਰਜ਼ੀ ਉਹ ਉੱਥੇ ਉਹ ਉਹ ਇਸ ਤਰ੍ਹਾਂ ਨਾਲ ਨਹੀਂ ਹੈਗਾ ਵੀ ਮਹਾਰਾਜ ਨੇ ਕੀਤੀ। ਉਹ ਕਹਿੰਦੇ ਆ ਵੀ ਜੀ ਉਹ ਪੰਡਿਤ ਦਾ ਜ਼ਿਕਰ ਹੈ ਵੀ ਪੰਡਿਤ ਆਇਆ ਮਹਾਰਾਜ ਦੇ ਕੋਲ, ਉਹ ਕਹਿੰਦਾ ਸੀ ਵੀ ਮੈਂ ਦੇਵੀ ਤੋਂ ਤੁਹਾਨੂੰ ਸ਼ਕਤੀ ਲੈ ਕੇ ਦੇਊਂਗਾ, ਕਈ ਦਿਨ ਕਰਦਾ ਰਿਹਾ ਅਤੇ ਫਿਰ ਉਹ ਅਖੀਰ 'ਚ ਉਹ ਮਹਾਰਾਜ ਉਹਨੂੰ ਸਮੱਗਰੀ ਦੇ ਦਿੰਦੇ ਆ ਅਤੇ ਫਿਰ ਉਹ ਉਹਨੂੰ ਕਹਿੰਦੇ ਵੀ ਤੂੰ ਦੇਵੀ ਤਾਂ ਪ੍ਰਗਟ ਹੀ ਨਹੀਂ ਹੋਈ। ਉਹ ਕਹਿੰਦਾ ਜੀ ਵੀ ਦੇਵੀ ਬਲੀ ਮੰਗਦੀ ਹੈ ਕਿਸੇ ਬੱਚੇ ਦੀ ਅਤੇ ਫਿਰ ਉਹ ਜਦੋਂ ਉਹ ਇਸ ਉਹ ਆਪਦੇ ਜਣੇ ਉਹਦੀ ਇੱਛਾ ਸੀ ਵੀ ਬਾਬਾ ਅਜੀਤ ਸਿੰਘ ਦਾ ਮੈਂ ਨਾਮ ਲਊਂਗਾ ਜੀ ਇਹਦੀ ਬਲੀ ਦਿਓ, ਅਤੇ ਫਿਰ ਮਹਾਰਾਜ ਜਦੋਂ ਅਖੀਰ 'ਚ ਅਖੀਰ ਦੇ ਵਿੱਚ ਜਾ ਕੇ ਉਹ ਭੱਜ ਜਾਂਦਾ ਉੱਥੋਂ, ਉਹਦਾ ਇਹ ਜ਼ਿਕਰ ਹੈ। ਫਿਰ ਮਹਾਰਾਜ ਉਹਦੀ ਸਾਰੀ ਸਮੱਗਰੀ ਪਾ ਕਰਕੇ ਸ਼੍ਰੀ ਸਾਹਿਬ ਕਰ ਕੱਢਦੇ ਹੈ, ਕਹਿੰਦੇ ਵੀ ਇਹੀ ਚੰਡੀ ਹੈ ਜਿਹੜੀ ਮੈਂ ਸਿੱਖਾਂ ਨੂੰ ਦੇ ਰਿਹਾ। ਅੱਛਾ ਉੱਥੇ ਚੰਡੀ ਮਾਤਾ ਪ੍ਰਗਟ ਨਹੀਂ ਹੋਈ ਤੁਸੀਂ ਕਹਿ ਰਹੇ ਹੋ? ਹਾਂ, ਇਹ ਅਕਸਰ ਇਹ ਗੱਲ ਪ੍ਰਚਾਰੀ ਜਾਂਦੀ ਹੈ, ਕਿਹਾ ਜਾਂਦਾ ਕਿ ਉੱਥੇ ਤਾਂ ਹੀ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਉਹ ਕਹਿੰਦੇ ਲਿਖੀ ਹੈ। ਨਹੀਂ 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 ਉਹਦਾ ਕੋਈ ਉਹ ਹੁਣ ਬਾਕੀਆਂ ਦਾ ਵੀ ਉਹ ਜਿਹੜੀ ਉਹ ਉਹਦੇ ਵਿੱਚ ਉਲੱਥੇ ਨੇ, ਉਲੱਥੇ ਕੀਤੇ ਨੇ ਵੀ ਮਹਾਰਾਜ ਨੇ ਵੀ ਹੁਣ ਦੂਸਰੇ ਹੁਣ ਜਿਹੜੇ ਇਹ ਹੈ ਵੀ ਜਿਹੜੇ ਸਿੱਖ ਨੇ ਹੁਣ ਦਸਮ ਗ੍ਰੰਥ ਦੇ ਵਿੱਚ ਵੀ ਬਾਣੀਆਂ ਨੇ, ਕ੍ਰਿਸ਼ਨ ਅਵਤਾਰ ਵੀ ਹੈ ਚਾਹੇ ਰਾਮਾ ਅਵਤਾਰ ਵੀ ਹੈ, ਹੁਣ ਬੰਦਾ ਜਿਹੜਾ ਉੱਥੇ ਪੜ੍ਹਨ ਜਾਵੇ ਜਾਂ ਉਹ ਸੰਸਕ੍ਰਿਤ ਸਿੱਖੇ ਜਾਂ ਦੂਜੇ ਗ੍ਰੰਥਾਂ ਦੀ ਬਜਾਏ ਮੈਂ ਈਜ਼ਲੀ ਦੂਸਰੇ ਗ੍ਰੰਥਾਂ ਦਾ ਵੀ ਉਹਨੂੰ ਨੌਲੇਜ ਹੋਵੇ ਜੇ ਲੈਣੀ ਉਹ ਤਾਂ ਇਸ ਵਾਸਤੇ। ਇਹ ਨਹੀਂ ਵੀ ਮਹਾਰਾਜ ਨੇ ਕੋਈ ਦੇਵੀ ਤੋਂ, ਮਹਾਰਾਜ ਤਾਂ ਖੁਦ ਕਹਿੰਦੇ ਵੀ ਉਹ ਦੇਵੀਆਂ ਨਾ ਜਾਣੇ ਮਰਮ ਵੀ ਉਹ ਭੇਤ ਜਾਣਦੀਆਂ ਹੀ ਨਹੀਂ, ਜਾਂ ਮੁਕਤ ਕੀ ਬਰੀ ਆ ਕਹਾਂ ਛੁਪਾਨੀ, ਤੂੰ ਕਹੀ ਇੱਥੇ ਥੀ ਆਦਿ ਭਵਾਨੀ, ਵੀ ਤੂੰ ਮੁਕਤੀ ਦੀ ਬਰੀ ਤਾਂ ਤੇਰੇ ਕੋਲ ਹੈ ਹੀ ਨਹੀਂ। ਜਾਂ ਇਤਿਹਾਸ ਦੇ ਵਿੱਚ ਇਹ ਤਾਂ ਕਹਿੰਦੇ ਵੀ ਦੇਵੀ ਪ੍ਰਗਟ ਕੀਤੀ, ਅਤੇ ਇਤਿਹਾਸ ਦੇ ਵਿੱਚ ਤਾਂ ਇਹ ਲਿਖਿਆ ਵੀ ਜਦੋਂ ਗੁਰੂ ਅੰਗਦ ਦੇਵ ਸਾਹਿਬ ਪਹਿਲੇ ਪਾਤਸ਼ਾਹ ਦੇ ਕੋਲ ਆਉਂਦੇ ਹੈ ਅਤੇ ਉਹਨਾਂ ਨੂੰ ਉੱਥੇ ਉਹ ਦੇਵੀ ਦੀ ਯਾਤਰਾ ਵਾਸਤੇ ਜਾਂਦੇ ਹੁੰਦੇ ਸੀ, ਅਤੇ ਉਹ ਮੁੜ ਕੇ ਇੱਕ ਦਿਨ ਜਦੋਂ ਆਉਂਦੇ ਨੇੜੇ ਠਹਿਰਦੇ ਹੈ ਅਤੇ ਉੱਥੇ ਉਹ ਝਾੜੂ ਲਗਾ ਰਹੀ ਹੁੰਦੀ ਹੈ, ਅਤੇ ਉਹ ਕਹਿੰਦੀ ਮੈਂ ਤਾਂ ਆਪ ਇਹਨਾਂ ਦੇ ਦਰਬਾਰ ਤੋਂ ਝਾੜੂ ਲਗਾ ਕੇ ਕਰਾਮਾਤਾਂ ਲੈਂਦੀ, ਮੈਨੂੰ ਤਾਂ ਆਪ ਉੱਥੋਂ ਤਾਕਤ ਮਿਲਦੀ ਹੈ। ਬਸ ਇਹ ਵੀ ਇਹ ਆਪਦੇ ਪੁਆਇੰਟ ਆਫ ਵਿਊ ਦੇ ਨਾਲ ਪ੍ਰਚਾਰਦੇ ਰਹਿੰਦੇ ਇਹਨਾਂ ਚੀਜ਼ਾਂ ਨੂੰ। ਦਸਮ ਗ੍ਰੰਥ ਦਾ ਤੁਸੀਂ ਚਰਚਾ ਕਰ ਰਹੇ ਸੀ, ਬਹੁਤ ਸਾਰੀਆਂ ਗੱਲਾਂ ਦਸਮ ਗ੍ਰੰਥ ਬਾਰੇ ਪ੍ਰਚਾਰੀਆਂ ਗਈਆਂ, ਸਿੱਖ ਇਸ ਗੱਲ 'ਤੇ ਵੰਡੇ ਹੋਏ ਹੈ, ਇੱਕ ਹਿੱਸਾ ਕਹਿੰਦਾ ਮੰਨਣਾ, ਇੱਕ ਹਿੱਸਾ ਕਹਿੰਦਾ ਨਹੀਂ ਮੰਨਣਾ, ਤੁਹਾਡਾ ਓਪੀਨੀਅਨ ਕੀ ਹੈ? ਵੀ ਜਦੋਂ ਚਾਰ ਵਿਕਾਰ ਆਮ ਤੌਰ 'ਤੇ ਨਾ ਉਹ ਚਾਰ ਵਿਕਾਰਾਂ ਨੂੰ ਹੀ ਫੜ ਲੈਂਦੇ ਆ ਵੀ ਪੰਜਵਾਂ ਵਿਕਾਰ ਵੀ ਹੈਗਾ, ਔਰ ਉਹ ਇੰਨਾ ਜ਼ਿਆਦਾ ਗਹਿਰਾ ਪ੍ਰਬਲ ਹੈ ਵੀ ਚਾਰ ਵਿਕਾਰਾਂ ਨੂੰ ਤਾਂ ਹਜੇ ਚਾਰ ਵਿਕਾਰਾਂ ਨੂੰ ਇਸ ਤਰ੍ਹਾਂ ਮੰਨਦੇ ਆ ਵੀ ਸ੍ਰਿਗਲ ਸ੍ਰਿਸ਼ਟ ਕੇ ਪੰਜ ਸਿਕਦਾਰ ਵੀ ਪੰਜ ਚੌਧਰੀ ਨੇ, ਚਾਰ ਹਜੇ ਥੋੜ੍ਹੇ ਨਰਮ ਨੇ, ਪੰਜਵਾਂ ਤਾਂ ਇਸ ਤਰ੍ਹਾਂ ਦਾ ਵੀ ਜਿਹੜਾ ਬੋਲਣ ਹੀ ਨਹੀਂ ਦਿੰਦਾ ਵੀ ਜਿਹਦੇ ਜਿੱਦ ਤੁਸੀਂ ਬੋਲ ਤੁਹਾਡੇ 'ਤੇ ਕਿਰਪਾ ਹੋਵੇ ਤਾਂ ਹੀ ਤੁਸੀਂ ਹੋਰ ਤਾਂ ਛੱਡ ਦੂਰ ਦੀ ਗੱਲ ਹੈ ਵੀ ਤੁਸੀਂ ਜੇ ਤੁਹਾਡੇ 'ਤੇ ਤੁਸੀਂ ਮੁਹਾਰਨੀ ਵੀ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦੇ। ਅਤੇ ਫਿਰ ਜਿੰਨੇ ਜਿਹੜੇ ਗੁਰਬਾਣੀ ਦੇ ਸ਼ਬਦ ਨੇ ਜਾਂ ਜਿਹਦੇ ਵਿੱਚ ਪਰਾਏ ਇਸਤਰੀ ਜਿਹੜੀ ਆਪਣੀ ਜ਼ਿਕਰ ਕੀਤਾ ਸੁਪਨ ਦੋਸ਼ ਦਾ ਜ਼ਿਕਰ ਕੀਤਾ, ਸੁਪਨ ਦੋਸ਼ ਦਾ ਜ਼ਿਕਰ, ਸੁਪਨੇ ਬਿੰਦ ਨਾ ਦੇਈ ਝਰਨਾ ਤਿਸ ਕਾਜੀ ਕੋ ਜਰਾ ਨਾ ਮਰਨਾ, ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜ਼ਿਕਰ ਕਰਦੇ ਆ ਵੀ ਜਿਹੜਾ ਇਨਸਾਫ ਬੰਦਾ ਉਹ ਕਰ ਸਕਦਾ ਜਿਹਦੇ ਸੁਪਨੇ ਦੇ ਵਿੱਚ ਵੀ ਕਾਮਨਾ ਪ੍ਰਵੇਸ਼ ਕਰਦਾ ਹੋਵੇ। ਵੀ ਠੀਕ, ਅੱਜ ਕੱਲ੍ਹ ਤਾਂ ਇਹ ਹੈ ਵੀ ਤੁਸੀਂ ਜਿਹੜੇ ਬੰਦੇ ਡਿਗਰੀਆਂ ਕਰਕੇ ਕੋਈ ਜੱਜ ਬਣਿਆ ਇਨਸਾਫ ਕਰਦੇ ਆ
ਉਹ ਕਹਿੰਦੇ ਵੀ ਇਹ ਕੁਆਲਿਟੀ ਹੋਣੀ ਚਾਹੀਦੀ ਹੈ ਵੀ ਕਾਮ ਉਹਦੇ ਕਾਬੂ 'ਚ ਹੋਵੇ, ਕਾਮ ਉਹਦੇ ਕੰਟਰੋਲ 'ਚ ਹੋਵੇ, ਪੰਜੇ ਵਿਕਾਰ ਉਹਦੇ ਕੰਟਰੋਲ 'ਚ ਹੋਣ। ਤਾਂ ਜਿਹੜਾ ਵੀ ਕ੍ਰਿਟਿਸਿਜ਼ਮ ਹੁੰਦਾ, ਜਿਵੇਂ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਇੱਕ ਵਾਰ ਮੈਂ ਇੰਟਰਵਿਊ ਕੀਤਾ ਸੀ 3-4 ਸਾਲ ਪਹਿਲਾਂ, ਤੁਹਾਨੂੰ ਮੈਂ ਪਹਿਲਾਂ ਜ਼ਿਕਰ ਵੀ ਕਰ ਰਿਹਾ ਸੀ, ਉਹਨਾਂ ਨੇ ਕਿਹਾ ਕਿ ਐਸੇ ਐਸੇ ਸ਼ਬਦ ਇਹਦੇ 'ਚ ਲਿਖੇ ਹੋਏ ਆ ਜਿਹੜੇ ਇੰਟਰਵਿਊ 'ਚ ਦੱਸੇ ਵੀ ਨਹੀਂ ਜਾ ਸਕਦੇ, ਕਿ ਮਤਲਬ ਜਿਹੜੇ ਕਾਮ ਨਾਲ ਸੰਬੰਧਿਤ ਸ਼ਬਦ ਨੇ, ਜਿਹੜੇ ਮਨੁੱਖੀ ਅੰਗਾਂ ਦੇ ਨਾਲ ਸੰਬੰਧਿਤ ਸ਼ਬਦ ਨੇ, ਜਿਹੜੇ ਆਮ ਆਪਾਂ ਰੋਜ਼ਮਰਾ ਦੀ ਜ਼ਿੰਦਗੀ 'ਚ ਗੱਲਬਾਤ ਨਹੀਂ ਕਰ ਸਕਦੇ, ਜਿਹਨਾਂ ਬਾਰੇ ਉਹ ਦਸਮ 'ਚ ਲਿਖਿਆ, ਅਤੇ ਫਿਰ ਉਹ ਗੁਰੂ ਸਾਹਿਬ ਇਹੋ ਜਿਹੀ ਬਾਣੀ ਕਿਵੇਂ ਰਚ ਸਕਦੇ ਹੋ? ਅਤੇ ਨਹੀਂ ਫਿਰ ਗੁਰੂ ਜਿਹਦੇ, ਜੇ ਉਹ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪਹਿਲਾਂ ਇਹ ਕਲੀਅਰ ਕਰਨਾ ਚਾਹੀਦਾ ਵੀ ਜੇ ਉਹ ਇੱਕੋ ਅੰਕਾਰ ਤੋਂ ਲੈ ਕੇ 18-10-20 ਤੱਕ ਮੰਨਦੇ ਆ ਬਾਣੀ ਸਾਰੀ, ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਗੁਰੂ ਸਾਹਿਬ ਦੀ ਬਾਣੀ ਹੈ, ਗੁਰੂ ਸਾਹਿਬ ਨੇ ਆਪ ਉਚਾਰਨ ਕੀਤੀ ਹੈ, ਉਹਦੇ ਵਿੱਚ ਵੀ ਬੜੇ ਐਸੇ ਸ਼ਬਦ ਨੇ ਜੈਸੇ ਭਾਗ ਹੈ, ਜੈਸੇ ਫੱਕ ਹੈ ਸ਼ਬਦ, ਮੈਂ ਤੁਹਾਨੂੰ ਕਹਿ ਰਿਹਾ ਵੀ ਉਹ ਫੱਕ ਹੈ ਦਾ ਮਤਲਬ ਇਹੀ ਹੈ ਵੀ ਕਿਰਿਆ ਹੀ ਸੰਭੋਗ ਦੀ ਕਿਰਿਆ ਦਾ ਜ਼ਿਕਰ ਹੈ। ਦੇ ਕਿਵਾੜ ਅਣਖ ਪਰਦੇ ਮੈਂ ਪਰ ਦਾਰਾ ਸੰਗ ਫੱਕ ਹੈ, ਵੀ ਤੂੰ ਪਰਾਈ ਇਸਤਰੀ ਦੇ ਨਾਲ ਪਰਦੇ ਲਗਾ ਕਰਕੇ ਸੰਭੋਗ ਕਰ ਰਿਹਾ। ਜਾਨਵਰ ਵੀ ਇਸੇ ਤਰ੍ਹਾਂ ਨਾਲ ਕਰਦੇ ਨੇ, ਵੀ ਇਹ ਤਾਂ ਕਿਰਿਆ ਹੀ ਹੈ। ਵੀ ਇਹ ਜਿਹੜੇ ਜਿਹੜੇ ਕਾਮ ਦੇ ਸ਼ਬਦ ਹੁਣ ਹੋਣਗੇ ਇਸ ਤਰ੍ਹਾਂ ਦੇ, ਕ੍ਰੋਧ ਦੇ ਸ਼ਬਦ ਇਹ ਹੋਣਗੇ ਵੀ ਗੁੱਸਾ ਆ ਗਿਆ ਜੀ, ਅੱਖਾਂ ਲਾਲ ਹੋ ਗਈਆਂ, ਡੌਲੇ ਫਰਕਣ ਲੱਗ ਪਏ, ਉਹਨੇ ਮੁੱਠੀ ਮੁੱਕਚੀਆਂ ਵੱਟ ਲਈਆਂ। ਹੁਣ ਕਾਮ ਦੇ ਸ਼ਬਦ ਕਿਸ ਤਰ੍ਹਾਂ ਦੇ ਹੋਣਗੇ, ਕਾਮ ਕਿਰਿਆ ਕਿਸ ਤਰ੍ਹਾਂ ਦੀ ਹੋਊਗੀ, ਵੀ ਉਹ ਸਾਰਾ ਕਾਮ ਦਾ ਜ਼ਿਕਰ ਹੋਊਗਾ ਹੀ ਹੋਊਗਾ। ਗੱਲ ਇਹ ਹੈ ਵੀ ਦੋ ਤਰੀਕੇ ਆ ਪ੍ਰਚਾਰ ਕਰਨ ਦੇ, ਇੱਕ ਤਾਂ ਇਹ ਵੀ ਤੁਸੀਂ ਪੜ੍ਹ ਲਿਖ ਕੇ ਕਰ ਰਹੇ ਹੋ, ਦੂਜਾ ਹੈਗਾ ਕਿਰਪਾ ਦੇ ਨਾਲ, ਵੀ ਜਿਹੜੇ ਪੰਜੇ ਵਿਕਾਰ ਕਿਰਪਾ ਤੋਂ ਬਿਨਾਂ ਵੱਸ ਦੇ ਵਿੱਚ ਨਹੀਂ ਹੁੰਦੇ, ਅਤੇ ਜਿਹਦੇ ਕਾਮ ਜਿਹਦੇ 'ਤੇ ਕਿਰਪਾ ਨਹੀਂ ਹੈਗੀ, ਕਾਮ ਵੱਸ ਦੇ ਵਿੱਚ ਨਹੀਂ ਹੈਗਾ, ਉਹ ਕਾਮ ਦੀ ਕਥਾ ਨਹੀਂ ਕਰ ਸਕਦਾ, ਬ੍ਰਹਮਾ ਵੀ ਨਹੀਂ ਕਰ ਸਕਿਆ, ਉਹ ਡੋਲ ਗਿਆ। ਕਿਉਂਕਿ ਕਾਮ ਦੀ ਤੁਸੀਂ ਗੱਲ ਵੀ ਕਰੋਗੇ ਨਾ ਤਾਂ ਤੁਸੀਂ ਅੰਦਰੋਂ ਪ੍ਰਭਾਵਿਤ ਹੋਵੋਗੇ। ਹੁਣ ਬੰਦੇ ਜਿਹੜਾ ਹਾਸਾ ਮਜ਼ਾਕ ਹੈ ਉਹ ਵੀ ਇਸ ਤਰ੍ਹਾਂ ਕਾਮ ਦੇ ਪ੍ਰਤੀ ਗੱਲਾਂ ਕਰਕੇ ਲੋਕ ਹੱਸਦੇ ਹੈ, ਪ੍ਰਭਾਵਿਤ ਹੁੰਦੇ ਆ ਇੱਕ ਦੂਜੇ, ਉਹ ਕਾਮ ਹੀ ਚੱਲਦਾ ਉਹਨਾਂ ਦੇ ਅੰਦਰ। ਉਹ ਹੁਣ ਭਾਈ ਗੁਰਦਾਸ ਜੀ ਇੱਕ ਜਗ੍ਹਾ 'ਤੇ ਕਹਿੰਦੇ ਆ ਵੀ ਗਿੱਦੜ ਦਾਖ ਨਾ ਪੜਾ ਅੱਖ ਹੈ ਥੂ ਕੌੜੀ, ਉਹ ਕਹਿੰਦੇ ਵੀ ਜੇ ਗਿੱਦੜ ਤੋਂ ਪਹੁੰਚਿਆ ਨਹੀਂ ਜਾਂਦਾ ਉਹ ਇਹ ਨਹੀਂ ਕਹਿੰਦਾ ਵੀ ਮੇਰੀ ਸਮਰੱਥਾ ਨਹੀਂ ਹੈਗੀ। ਹੁਣ ਉਹਨੂੰ ਕਹਿੰਦਾ ਕਹੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਾਮ ਦੀ ਤੂੰ ਕਥਾ ਕਰ, ਜੇ ਤਾਂ ਕਾਮ ਜਦੋਂ ਮਨ ਵੀ ਚਾਰ ਵਿਕਾਰ ਹੈਗੇ, ਪੰਜਵਾਂ ਵੀ ਹੈਗਾ, ਇਹਦੀ ਕਥਾ ਕਰ। ਹੁਣ ਉਹ ਪਰ ਉਹ ਬੰਦਾ ਨਹੀਂ ਮੰਨਦਾ, ਵੀ ਉਹ ਕਹਿੰਦਾ ਵੀ ਨਹੀਂ ਇਹ ਨਹੀਂ ਹੈਗਾ, ਇਹਦੇ ਵਿੱਚ ਅਸ਼ਲੀਲ ਹੈ। ਬਾਕੀ ਗ੍ਰੰਥ ਵੀ ਸਰਬ ਲੋਕ ਗ੍ਰੰਥ ਹੈ, 6ਵੀਂ ਪਾਤਸ਼ਾਹੀ ਦਾ ਗ੍ਰੰਥ ਹੈ, ਉਹਨੇ ਇਕੁਅਲੀ ਇੰਪੋਰਟੈਂਟ ਹੈ ਸਾਡੇ ਵਾਸਤੇ। ਨਹੀਂ ਇੰਪੋਰਟੈਂਟ ਤਾਂ ਇਹ ਹੈ ਵੀ ਤੁਸੀਂ ਉਹ ਇੱਕ ਜਗ੍ਹਾ 'ਤੇ ਨਾ ਭਾਈ ਗੁਰਦਾਸ ਜੀ ਪ੍ਰਮਾਣ ਦਿੰਦੇ ਆ ਵੀ ਤੁਸੀਂ ਚੰਗਿਆਈ ਤਾਂ ਦੂਸਰੇ ਗ੍ਰੰਥਾਂ 'ਚੋਂ ਵੀ ਲੈ ਸਕਦੇ ਹੋ, ਇਕੱਲੇ ਨਹੀਂ ਵੀ ਇਹਨਾਂ। ਭਗਤ ਨਾਮਦੇਵ ਜੀ ਕਹਿੰਦੇ ਵੀ ਗੁਰਮਤ ਰਾਮ ਨਾਮ ਕਹੋ ਮੀਤਾ ਪ੍ਰਣਵੈ ਨੌਮਾ ਇਉਂ ਕਹਿ ਗੀਤਾ। ਉਹ ਕਹਿੰਦੇ ਵੀ ਗੀਤਾ ਇਹ ਕਹਿੰਦੀ, ਗੀਤਾ ਦਾ ਸਾਰੇ ਦਾ ਟੀਕਾ ਕਰਦੇ ਆ ਵੀ ਤੂੰ ਗੁਰੂ ਦੀ ਮਤ ਲੈ ਕਰਕੇ ਵਿਆਪਕ ਰਾਮ ਨੂੰ ਜਪ, ਗੀਤਾ ਇਹ ਕਹਿੰਦੀ। ਸੂਰਜ ਪ੍ਰਕਾਸ਼ ਗ੍ਰੰਥ ਨੂੰ ਮੰਨਦੇ ਹੋ ਤੁਸੀਂ? ਉਹ ਜੋ ਕੁਛ ਲਿਖਿਆ ਸਾਰਾ ਉਹਦੇ 'ਤੇ ਬਿਲੀਵ ਕਰਦੇ? ਨਹੀਂ ਬਿਲੀਵ ਤਾਂ ਉਹ ਉੱਥੇ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਜਿਹੜਾ ਤੁਹਾਨੂੰ ਸਾਰਥਕ ਲੱਗਦਾ ਤੁਸੀਂ ਇਹਦੇ 'ਚ ਸੋਧ ਵੀ ਕਰ ਸਕਦੇ ਹੋ। ਜਿਵੇਂ ਇਹ ਚਰਚਾਵਾਂ ਹੋਈਆਂ ਵੀ ਗੁਰੂ ਸਾਹਿਬ ਬਾਰੇ ਕਿਹਾ ਗਿਆ ਵੀ ਅਫੀਮ ਦੀ ਅਫੀਮ ਰੱਖਦੇ ਸੀ ਆਪਦੇ ਕੋਲੇ, ਔਰ ਮਾਈ ਭਾਗੋ ਬਾਰੇ ਬਹੁਤ ਸਾਰੀਆਂ ਗੱਲਾਂ, ਪਹਿਲਾਂ ਇਹਦੇ 'ਤੇ ਕਲੀਅਰ ਕਰੋ ਮੈਨੂੰ। ਨਹੀਂ ਨਹੀਂ ਗੁਰੂ ਸਾਹਿਬ ਦਾ ਅਫੀਮ ਵਾਲਾ ਤਾਂ ਜਦੋਂ ਹੁਣ ਉਹ ਜਿਹੜੀ ਸ਼ਬਦ ਜਿਹੜੇ ਨਸ਼ਿਆਂ ਦਾ ਗੁਰਬਾਣੀ ਦੇ ਵਿੱਚ ਜ਼ਿਕਰ ਹੈ ਵੀ ਨਹੀਂ ਕਰਨੇ, ਭੰਗ ਦਾ ਜ਼ਿਕਰ ਹੈ, ਪਾਨ ਸੁਪਾਰੀ ਖਾਧੀਆਂ ਮੁੱਖ ਬੀੜੀਆਂ ਲਾਈਆਂ, ਜਾਂ ਸੁਰਾ ਪਾਨ ਭਾਂਗ ਮਾਛਲੀ ਸੁਰਾ ਪਾਨ ਜੋ ਪ੍ਰਾਣੀ ਖਾਏ, ਅਤੇ ਜਿਹੜੀ ਜਦੋਂ ਗੁਰਬਾਣੀ 'ਤੇ ਉਹਦੇ ਨਾਲ ਚੀਜ਼ਾਂ ਦੀ ਮਨਾਹੀ ਹੈ ਅਤੇ ਗੁਰੂ ਸਾਹਿਬ ਉਹ ਕਿੱਦਾਂ ਕਰ ਸਕਦੇ ਹੈ?
ਉਹ ਚੀਜ਼ ਦਾ ਤਾਂ ਬਿਲਕੁਲ ਹੀ ਨਹੀਂ ਹੈ ਵੀ ਗੁਰੂ ਸਾਹਿਬ ਅਫੀਮ ਦੀ ਵਰਤੋਂ ਕਰਨ। ਨਹੀਂ ਹੈ, ਨਹੀਂ ਹੈ, ਉਹ ਠੀਕ ਹੈ ਵੀ ਗੁਰ ਗ੍ਰੰਥ ਪ੍ਰਚਾਰ ਕਿੱਥੋਂ ਨਿਕਲ ਕੇ ਆਇਆ? ਨਹੀਂ, ਉਹ ਜੇ ਉਹਦੇ ਵਿੱਚ ਲਿਖਿਆ ਗਿਆ ਤਾਂ ਉਹ ਇਹ ਹੈ ਵੀ ਉਹਨਾਂ ਉਹਦੇ ਵਿੱਚ ਹੋ ਸਕਦਾ ਅਖੇਪ ਹੋਵੇ, ਮਿਲਾਵਟ ਹੋਵੇ, ਜਾਂ ਹੋ ਸਕਦਾ ਵੀ ਉਹ ਕਹਿੰਦੇ ਵੀ ਨਾ ਮਨ ਵੀ ਸਧਾਈ ਕਰ ਲਓ, ਜ਼ਰੂਰੀ ਨਹੀਂ ਕਿ ਜੇ ਮੈਂ ਲਿਖ ਵੀ ਦਿੱਤਾ। ਜਿਹੜੀ ਮਾਈ ਭਾਗੋ ਵਾਲੀ ਗੱਲ ਸੀ ਜਿਹਦਾ ਬੜਾ ਵਿਵਾਦ, ਉੱਥੇ ਜਿਹੜਾ ਚੱਕਿਆ ਗਿਆ ਜਿਨ੍ਹਾਂ ਨੇ ਕਟਾਕਸ਼ ਕੀਤਾ, ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਿ ਮਾਈ ਭਾਗੋ ਨਗਲ ਲੈਂਦੀ ਰਹੀ। ਬਿਲਕੁਲ, ਇਹਦੇ 'ਤੇ ਤਾਂ ਫਿਰ ਖੁਦ ਹੀ ਸਵਾਲ ਪੈਦਾ ਹੋ ਜਾਂਦਾ ਵੀ ਮਹਾਰਾਜ ਮਾਈ ਭਾਗੋ ਨੂੰ ਨਗਨ ਦੇਖ ਰਹੇ ਸੀ, ਇਹ ਕਿਵੇਂ ਹੋ ਸਕਦਾ? ਉੱਥੇ ਸਿਰਫ ਇਹ ਲਿਖਿਆ ਗਿਆ, ਉੱਥੇ ਇਹ ਨਹੀਂ ਲਿਖਿਆ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਗਨ ਰਹਿੰਦੀ ਗਈ। ਉਹਦੇ 'ਚ ਇਹ ਲਿਖਿਆ ਗਿਆ ਵੀ ਮਾਈ ਭਾਗੋ ਨਗਨ ਰਹਿ ਰਹੀ ਸੀ, ਰਹਿਣ ਲੱਗ ਪਈ ਸੀ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਢੱਕ ਕੇ ਰੱਖੋ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿ ਰਹੀ ਸੀ, ਇਹ ਨਹੀਂ ਲਿਖਿਆ ਪ੍ਰਚਾਰੇ। ਇਹ ਹਵਾਲਾ ਜਿਹੜਾ ਹੈ, ਇਹ ਕਿਹੜੇ ਗ੍ਰੰਥ ਕਿੱਥੇ ਲਿਖਿਆ ਹੈ ਕਿ ਮਾਈ ਭਾਗੋ ਨਗਨ ਰਹਿ ਰਹੀ ਸੀ? ਇਹ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਲਿਖਿਆ ਵੀ ਉਹ ਜੰਗ ਤੋਂ ਬਾਅਦ ਨਗਨ ਰਹਿਣ ਲੱਗ ਪਈ ਸੀ, ਪਰ ਉਹ ਮਹਾਰਾਜ ਨੇ ਇਸ ਗੱਲ ਬਾਰੇ ਕੋਈ ਹਵਾਲਾ ਦਿੱਤਾ ਵੀ ਕਿਉਂ ਰਹਿਣ ਲੱਗ ਪਈ ਸੀ? ਨਹੀਂ, ਉਹ ਤਾਂ ਕੋਈ ਨਹੀਂ ਹੈਗਾ, ਡਿਟੇਲ 'ਚ ਨਹੀਂ, ਡਿਟੇਲ ਦਾ ਕੋਈ ਹਵਾਲਾ ਨਹੀਂ। ਔਰ ਇਹ ਤੁਸੀਂ ਕਹਿ ਰਹੇ ਹੋ ਕਿਤੇ ਨਹੀਂ ਲਿਖਿਆ ਵੀ ਗੁਰੂ ਸਾਹਿਬ ਨਾਲ ਰਹਿਣ ਲੱਗ ਪਈ ਸੀ? ਗੁਰੂ ਉਹ ਤਾਂ ਇਹ ਤਾਂ ਲਿਖਿਆ ਹੀ ਨਹੀਂ ਉੱਥੇ ਵੀ ਗੁਰੂ ਸਾਹਿਬ ਨਾਲ ਰਹਿੰਦੀ ਸੀ, ਉੱਥੇ ਲਿਖਿਆ ਪ੍ਰਚਾਰ ਇਹ ਕੀਤਾ ਗਿਆ ਹਾਂ ਵੀ ਗੁਰੂ ਸਾਹਿਬ ਨਾਲ ਰਹਿ ਰਹੀ ਸੀ ਜੀ। ਉਹ ਗੁਰੂ ਸਾਹਿਬ ਤਾਂ ਫਿਰ ਜੇ ਰਹਿ ਰਹੀ ਸੀ ਤਾਂ ਫਿਰ ਮਹਾਰਾਜ ਉੱਥੇ ਤਾਂ ਲਿਖਿਆ ਗਿਆ ਵੀ ਮਹਾਰਾਜ ਨੇ ਰੋਕਿਆ ਵੀ, ਫਿਰ ਮਹਾਰਾਜ ਤਾਂ ਜਦੋਂ ਦੇਖਦੇ ਉਦੋਂ ਹੀ ਰੋਕਦੇ ਆ। ਉੱਥੇ ਉਹਨੂੰ ਨਾਲ ਪ੍ਰਚਾਰਤਾ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਰਹਿ ਰਹੀ ਸੀ ਉਹ, ਜਦਕਿ ਉਹ ਪਾਸੇ ਰਹਿ ਰਹੀ ਸੀ। ਅਤੇ ਜਿਸ ਦਿਨ ਹੀ ਮਹਾਰਾਜ ਦੀ ਨਿਗਾਹ ਪਈ ਵੀ ਉਹਨਾਂ ਨੂੰ ਦੇਖਿਆ ਵੀ ਮਹਾਰਾਜ ਵੀ ਸਿੱਖਾਂ ਨੇ ਦੱਸਿਆ ਵੀ ਮਹਾਰਾਜ ਮਾਈ ਭਾਗੋ ਨਗਨ ਰਹਿਣ ਲੱਗ ਪਈ, ਮਹਾਰਾਜ ਨੇ ਸੱਦ ਕੇ ਕਿਹਾ ਵੀ ਤੁਸੀਂ ਨਗਨ ਨਹੀਂ ਰਹਿਣਾ, ਵਸਤਰ ਪਾ। ਉਹ ਮਾੜੀ ਜਿਹੀ ਗੱਲ ਦੇ ਨਾਲ ਨਾ ਬੜਾ ਡਿਫਰੈਂਸ ਸੰਗਤਾਂ ਦੇ ਵਿੱਚ ਮੈਸੇਜ ਗਲਤ ਚਲਾ ਜਾਂਦਾ। ਉਹ ਨਾ ਆਪ ਗ੍ਰੰਥ ਪੜ੍ਹਦੇ ਹੈ, ਨਾ ਉਹ ਪੰਗਤੀਆਂ ਨੂੰ ਪੜ੍ਹਦੇ ਹੈ, ਅਤੇ ਉਹ ਬਸ ਉਹ ਜਿਹੜਾ ਪ੍ਰਚਾਰਕ ਜੋ ਵੀ ਕਹਿ ਰਿਹਾ ਹੁੰਦਾ ਵੀ ਇਹ ਲਿਖਿਆ ਜੀ, ਇਹ ਆਏ ਆ ਜੀ, ਅਤੇ ਉਹੀ। ਬਾਕੀ ਦੂਸਰੀ ਗੱਲ ਇਹ ਹੈ ਵੀ ਜਿੰਨੇ ਵੀ ਸੂਝਵਾਨ ਪ੍ਰਚਾਰਕ ਨੇ, ਜਿਹੜਾ ਵੀ ਉਹਦੇ ਵਿੱਚ ਕੁਝ ਆਕੇਪ ਹੈ, ਆਕੇਪ ਕਹਿੰਦੇ ਨੇ ਵੀ ਜਿਹੜਾ ਗੁਰਮਤ ਦੇ ਨਾਲ ਮੇਲ ਨਹੀਂ ਖਾਂਦਾ, ਉਹਦੀ ਕਥਾ ਹੀ ਨਹੀਂ ਕਰਦੇ, ਉਹ ਨਹੀਂ ਕਰਦੇ, ਨਹੀਂ ਕਰਦੇ, ਤਾਂ ਫਿਰ ਇਹ ਬਿਲੀਵ ਕਿਵੇਂ? ਹੁਣ ਇਹ ਕੌਣ ਚੂਜ਼ ਕਰੂਗਾ ਵੀ ਇੱਕ ਗ੍ਰੰਥ ਆ ਗਿਆ ਉਹਦੇ 'ਚ ਆਹ ਆਪਾਂ ਪੜ੍ਹਨਾ ਅਤੇ ਆਹ ਨਹੀਂ ਪੜ੍ਹਨਾ? ਇਹ ਭਾਈ ਵੀਰ ਸਿੰਘ ਨੇ ਕੀਤਾ ਹੋਇਆ ਥੱਲੇ, ਜਿਹੜਾ ਉਹਨਾਂ ਨੇ ਸਾਰਾ ਇਹਦਾ ਕੀਤਾ, ਉਹਨੇ ਬਕਾਇਦਾ ਟਿੱਪਣੀਆਂ ਕੀਤੀਆਂ ਵੀ ਆਹ ਗਲਤ, ਇਹ ਨਹੀਂ ਹੈਗਾ ਗੁਰਬਾਣੀ, ਕੀਤਾ ਉਹਨਾਂ ਨੇ, ਭਾਈ ਵੀਰ ਸਿੰਘ ਨੇ ਕੀਤਾ। ਫਿਰ ਇਹਦਾ ਮਤਲਬ ਮਿਕਸ ਹੋਈ ਗੁਰਬਾਣੀ ਦੇ ਵਿੱਚ, ਕੁਛ ਗੜਬੜ ਕੀਤੀ ਗਈ ਹੈ? ਨਹੀਂ ਨਹੀਂ, ਇਤਿਹਾਸ ਦੇ ਵਿੱਚ ਇਤਿਹਾਸ ਮਨੁੱਖ ਦਾ ਲਿਖਿਆ, ਇਹ ਕਲੀਅਰ ਕਰੋ ਵੀ ਕੀ ਤੁਸੀਂ ਇਹ ਕਹਿ ਰਹੇ ਹੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੀ ਬਾਣੀ ਹੈ, ਪਰ ਉਹਦੇ 'ਚ ਅੱਗੋਂ ਅਸੀਂ ਕਸਵੱਟੀ ਰੱਖਣੀ ਹੈ ਵੀ ਆਹ ਪੜ੍ਹਨਾ ਅਤੇ ਆਹ ਨਹੀਂ ਪੜ੍ਹਨਾ, ਜਾਂ ਫਿਰ ਉਹ ਬਾਣੀ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਕਹਿ ਕੇ ਪ੍ਰਚਾਰੀ ਜਾ ਰਹੀ ਹੈ ਅਤੇ ਉਹ ਨਹੀਂ ਹੈ ਉਹਨਾਂ ਦੀ? ਨਹੀਂ ਨਹੀਂ, ਇਤਿਹਾਸ ਦੇ ਵਿੱਚ ਤਾਂ ਆਪਾਂ ਕਸਵੱਟੀ ਰੱਖਾਂਗੇ ਹੀ ਰੱਖਾਂਗੇ ਵੀ ਜਿਹੜਾ ਜਿਵੇਂ ਦੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਜਾਂ ਜਿੰਨੇ ਵੀ ਹੋਰ ਗ੍ਰੰਥ ਨੇ, ਉਹ ਤਾਂ ਆਪਾਂ ਗੁਰਬਾਣੀ ਦੀ ਕਸਵੱਟੀ ਨਾਲ ਤੁਸੀਂ ਪਰਖ ਹੀ ਲਓਗੇ ਵੀ ਇਹ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ, ਜਿਵੇਂ ਅਫੀਮ ਵਾਲੀ ਗੱਲ ਹੈ ਵੀ ਇਹ ਮੇਲ ਨਹੀਂ ਖਾਂਦੀ ਗੁਰਬਾਣੀ ਨਾਲ, ਇਹ ਹੋ ਹੀ ਨਹੀਂ ਸਕਦੀ ਵੀ ਮਹਾਰਾਜ ਅਫੀਮ ਖਾਂਦੇ ਹੋ। ਬਾਕੀ ਜਿਹੜੀ ਉਹ ਹੁਣ ਉਹਦੇ 'ਤੇ ਵੀ ਤਾਂ ਸਿੱਖ ਦੋ ਧਾਰਾਵਾਂ 'ਚ ਵੰਡੇ ਹੈ ਨਾ, ਮੰਨ ਲਓ ਪਹਿਲੀ ਪਾਤਸ਼ਾਹੀ ਨੂੰ ਲੈ ਕੇ ਜਿੰਨੀਆਂ ਸਾਖੀਆਂ ਨੇ, ਕੋਈ ਹਿੱਸਾ ਕਹਿੰਦਾ ਕਿ ਇਹ ਕਿਵੇਂ ਪੋਸੀਬਲ ਹੈ ਵੀ ਗੁਰੂ ਸਾਹਿਬ ਪੱਥਰ ਰੋਕ ਦੇਣ, ਇੱਕ ਹਿੱਸਾ ਕਹਿੰਦਾ ਕਿ ਪੋਸੀਬਲ ਹੈ ਗੁਰੂ ਸਾਹਿਬ ਕੁਛ ਵੀ ਕਰ ਸਕਦੇ ਸੀਗੇ, ਹੁਣ ਉੱਥੇ ਗੁਰਬਾਣੀ ਦੀ ਕਸਵੱਟੀ ਦੇ ਤਹਿਤ ਕਿਵੇਂ ਤੁਸੀਂ ਮੰਨੋਗੇ ਵੀ ਇਹ ਠੀਕ ਹੈ ਅਤੇ ਇਹ ਗਲਤ ਹੈ? ਨਹੀਂ, ਉਹ ਇਹ ਚੀਜ਼ ਹੈ ਵੀ ਉਹ ਬੰਦੇ ਦੀ ਨਾ ਇੱਕ ਆਪਦੀ ਕਸਵੱਟੀ ਦਾ ਮਤਲਬ ਇਹ ਚੀਜ਼ ਹੈ ਵੀ ਇਤਿਹਾਸ ਨੂੰ ਤਾਂ ਤੁਸੀਂ ਕਸਵੱਟੀ ਨਾਲ ਭਰ ਲਿਖ ਲਿਆ ਵੀ ਜਦੋਂ ਗੁਰੂ ਸਾਹਿਬ ਦੀਆਂ ਚੀਜ਼ਾਂ ਦੀ ਗੱਲ ਆਈ ਤਾਂ ਇਹ ਤੁਹਾਡੇ ਆਪਦੇ 'ਤੇ ਉਹ ਹੈਗਾ ਵੀ ਤੁਸੀਂ ਤੁਹਾਡਾ ਤੁਸੀਂ ਜਦੋਂ ਤੁਸੀਂ ਇਹ ਨਾ ਭਾਈ ਗੁਰਦਾਸ ਜੀ ਕਵਿਤ ਲਿਖਦੇ ਆ ਜੀ, ਉਹ ਕਹਿੰਦੇ ਵੀ ਜਿਵੇਂ ਜਿਹੜੀ ਨੇੜੇ ਰਹਿਣ ਵਾਲੀ ਪਤਨੀ ਹੈ ਨਾ ਉਹ ਪਤਨੀ ਦੀ ਪਤੀ ਦੀ ਆਵਾਜ਼ ਪਛਾਣ ਲੈਂਦੀ ਹੈ, ਵੀ ਜਿਹੜਾ ਵਜ਼ੀਰ ਆ ਉਹ ਰਾਜੇ ਦੀ ਆਵਾਜ਼ ਪਛਾਣਨ ਲੱਗ ਜਾਂਦਾ ਵੀ
ਜਿਹੜਾ ਗੁਰਬਾਣੀ ਦਾ ਸਿੱਖ ਜਾਪ ਕਰ ਰਿਹਾ, ਗੱਲ ਜਪ ਰਿਹਾ, ਉਹ ਉਹਨੂੰ ਪਰਖਣ ਆਪਦੇ ਆਪ ਉਹ ਇਸ ਚੀਜ਼ 'ਤੇ ਪਰਖਣ 'ਤੇ ਲੱਗ ਜੂਗਾ ਵੀ ਇਹ ਚੀਜ਼ ਸਹੀ ਹੈ ਮੰਨਣ ਵਾਲੇ ਪਾਸੇ ਆ। ਤਾਂ ਜੇ ਤੁਸੀਂ ਸੂਰਜ ਪ੍ਰਕਾਸ਼ ਗ੍ਰੰਥ ਪੜ੍ਹ ਰਹੇ ਹੋ ਜਾਂ ਹੋਰ ਹੈ, ਇਹਦਾ ਮਤਲਬ ਕਿ ਹਰੇਕ ਚੀਜ਼ ਨੂੰ ਨਾ ਮੰਨੋ, ਤੁਸੀਂ ਕਸਵੱਟੀ ਰੱਖੋ ਕਿ ਜੇ ਗੁਰਬਾਣੀ ਤਾਂ ਠੀਕ ਹੈ ਤਾਂ ਮੰਨੋ, ਨਹੀਂ ਤਾਂ ਨਾ ਮੰਨੋ। ਹਾਂ, ਜਿਵੇਂ ਤੁਸੀਂ ਕਹਿ ਰਹੇ ਹੋ ਅਫੀਮ ਵਾਲੀ ਗੱਲ ਹੈ, ਇਹ ਮੰਨੀ ਨਹੀਂ ਜਾ ਸਕਦੀ, ਮੰਨੀ ਨਹੀਂ ਜਾ ਸਕਦੀ। ਵੀ ਜੋ ਇਹ ਲਿਖਿਆ, ਭਾਈ ਸੰਤੋਖ ਸਿੰਘ ਹੋਣਾ 'ਤੇ ਵੀ ਸਵਾਲ ਖੜ੍ਹੇ ਹੁੰਦੇ ਵੀ ਉਹਨਾਂ ਨੇ ਕਿੱਥੋਂ ਲਿਖਿਆ ਜਾਂ ਕਿੱਥੋਂ ਸਰੋਤ ਲਏ ਇਸ ਗੱਲ ਦੇ, ਵੀ ਉਹ ਚਾਰ ਉਹਨਾਂ ਕੋਲ ਕਹਿੰਦੇ ਵੀ ਚਾਰ ਲਿਖਾਰੀ ਸੀ ਜਿਹੜੇ ਲਿਖਦੇ ਸੀ, ਜਾਂ ਕਿਹਨੇ ਕੀ ਕੀਤਾ ਜਾਂ ਕਿਵੇਂ ਕਿਵੇਂ ਲਿਖਵਾਇਆ, ਉਹਨਾਂ ਨੇ ਲਿਖਣ ਵਾਲੇ ਨੇ ਕੁਛ ਐਡ ਕੀਤਾ ਜਾਂ ਕਿਹਨੇ ਕੀਤਾ, ਪਰ ਇਹ ਮੰਨਣ ਯੋਗ ਹੀ ਨਹੀਂ ਹੈ ਵੀ ਗੁਰੂ ਸਾਹਿਬ ਦੇ ਨਾਲ ਕੋਈ ਅਫੀਮ ਦੀ ਗੱਲ ਹੋਵੇ। ਤਿਲਕ ਹੈ ਸਾਡੇ, ਤਿਲਕ ਲਾ ਸਕਦੇ ਹਾਂ ਆਪਾਂ? ਨਹੀਂ, ਤਿਲਕ ਗੁਰੂ ਸਾਹਿਬ ਦੇ ਵੇਲੇ ਜੋ ਜਦੋਂ ਗੁਰਿਆਈ ਦੇਣ ਵੇਲੇ ਤਿਲਕ ਦੀ ਸੀਗਾ ਵੀ ਤਿਲਕ ਦਿੰਦੇ ਸੀਗੇ, ਪੰਜ ਪੈਸੇ ਨਾਰੀਅਲ ਰੱਖ ਕੇ, ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੈ ਕਈ ਉਹ ਚੀਜ਼ਾਂ। ਉਹਦੇ ਨਾਲ ਇਹ ਹੈ ਵੀ ਉਹ ਉੱਥੇ ਗੁਰਬਾਣੀ ਦੇ ਵਿੱਚ ਇਹਦਾ ਜ਼ਿਕਰ ਹੈ ਵੀ ਤਿਲਕ ਦਾ ਜ਼ਿਕਰ ਹੈਗਾ ਵੀ ਗੁਰੂ ਸਾਹਿਬ ਦੇ ਵੇਲੇ ਤਿਲਕ ਦਿੱਤਾ ਜਾਂਦਾ ਰਿਹਾ ਗੁਰਤਾ ਗੱਦੀ ਵੇਲੇ। ਉਸ ਤੋਂ ਬਾਅਦ ਸਿੱਖ ਲਾਉਂਦੇ ਰਹੇ ਆ? ਨਹੀਂ, ਹੁਣ ਕਿਧਰੇ ਕੋਈ ਦੱਸ ਉੱਧਰ ਹਜ਼ੂਰ ਸਾਹਿਬ ਕੰਨੀ ਹੈ, ਹੋਰ ਇੱਧਰ ਪੰਜਾਬ ਦੇ ਵਿੱਚ ਤਾਂ ਕਿਧਰੇ ਨਹੀਂ ਲਾਇਆ ਜਾਂਦਾ, ਨਹੀਂ ਲਾਇਆ ਜਾਂਦਾ। ਮੈਨੂੰ ਇਹ ਐਕਸਪਲੇਨ ਕਰੋ ਕਿ ਬਾਕੀ ਗ੍ਰੰਥ ਜਿਹੜੇ ਉਹਨਾਂ ਦਾ ਪ੍ਰਚਾਰ ਉਨਾ ਕਿਉਂ ਨਹੀਂ ਹੋਇਆ, ਸਰਬ ਲੋਕ ਗ੍ਰੰਥ ਦਾ ਪ੍ਰਚਾਰ ਇੰਨਾ ਕਿਉਂ ਨਹੀਂ ਹੋਇਆ? ਉਹ ਕਿਉਂਕਿ ਹੁਣ ਡੇ ਬਾਈ ਡੇ ਹੈ ਵੀ ਜੀ ਪ੍ਰਕਾਸ਼ ਨਹੀਂ ਹੁੰਦਾ ਨਾ ਉਹਨਾਂ ਦਾ ਕੋਈ ਆਮ ਸੰਗਤਾਂ ਦੇ ਵਿੱਚ ਬਰਾਬਰ ਤੇ ਪ੍ਰਕਾਸ਼ ਕਰ ਸਕਦੇ ਆ, ਮਰਿਆਦਾ ਹੈ ਜਿਵੇਂ ਹਜ਼ੂਰ ਸਾਹਿਬ ਹੁੰਦਾ ਦਸਮ ਗ੍ਰੰਥ ਦਾ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਜਾਂਦਾ? ਨਹੀਂ ਨਹੀਂ, ਉਹਦੇ 'ਤੇ ਨਾ ਇਹ ਵੀ ਬੜੀ ਚੱਲਦੀ ਰਹੀ। ਹੁਣ ਆਪਾਂ ਜਦੋਂ ਉਹ ਇਹ ਕੋਈ ਨਹੀਂ ਕਹਿੰਦਾ ਵੀ ਦਸਮ ਗ੍ਰੰਥ ਕਹਿੰਦਾ, ਗੁਰੂ ਗ੍ਰੰਥ ਨਹੀਂ ਕਹਿੰਦੇ, ਗੁਰਤਾ ਗੱਦੀ ਮਹਾਰਾਜ ਨੇ ਇਹਨਾਂ ਨੂੰ ਦਿੱਤੀ। ਹੁਣ ਜਿਵੇਂ ਦੀ ਮੀਟਿੰਗ 'ਚ ਬਹਿੰਦੇ ਆ, ਹੁਣ ਆਪਾਂ ਵੀ ਬੈਠੇ ਹਾਂ ਵੀ SSP ਵੀ ਬੈਠਾ ਹੈ, ਉਹ ਤਾਂ ਜ਼ਿਲ੍ਹੇ ਦਾ SSP ਹੈ, ਨਾਲ ਹੀ ਉਹਦੇ SP ਬੈਠਾ, ਉਹਦੇ ਨਾਲ ਕੋਈ ਕਦੀ ਕਹਿੰਦਾ ਵੀ ਇਹਨੂੰ ਥੱਲੇ ਬਿਠਾਓ ਜਾਂ ਇਹਦਾ ਸਤਿਕਾਰ ਘੱਟ ਗਿਆ? ਸਾਡੇ ਤਾਂ ਇਹ ਹੈ ਵੀ ਜੇ ਤਾਂ ਸਤਿਕਾਰ, ਸਾਡਾ ਤਾਂ ਸਤਿਕਾਰ 'ਤੇ ਵੀ ਰੌਲਾ, ਵੀ ਜੇ ਸਾਡੇ ਗ੍ਰੰਥਾਂ ਨੂੰ ਸਤਿਕਾਰ ਦਿੰਦੇ ਹਾਂ ਤਾਂ ਵੀ ਬੰਦੇ ਵਿਵਾਦ ਖੜ੍ਹਾ ਕਰਦੇ ਨੇ, ਜੇ ਬੇਅਦਬੀ ਹੋ ਗਈ ਤਾਂ ਵੀ ਬੰਦੇ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਾਕੀ ਗ੍ਰੰਥਾਂ ਦਾ ਇਹ ਗੱਲ ਨਾ, ਉਹ ਇਹ ਚੀਜ਼ ਹੈ ਵੀ ਜੇ ਕਿਸੇ ਨੂੰ ਹੁਣ ਆਪੋ ਆਪਣੀਆਂ ਭਾਵਨਾ ਮੈਂ ਵੀ, ਇੱਕ ਤਾਂ ਇਹ ਹੈ ਵੀ ਨਹੀਂ ਫਰਕ ਪੈਂਦਾ ਇਸ, ਉਹਨਾਂ ਮੈਨੂੰ ਜਰਨੈਲ ਸਿੰਘ ਚਹਿਲ ਮਿਲੇ ਜਿਨ੍ਹਾਂ ਨੇ ਸੰਤ ਪਿੰਡ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਸੰਤਾਂ ਨੇ ਗ੍ਰਿਫਤਾਰੀ ਦਿੱਤੀ ਆ ਉੱਥੇ, ਉਹ ਕੁਦਰਤੀ ਉੱਥੇ ਮਿਲ ਪਏ ਇੱਥੇ ਅੰਬ ਸਾਹਿਬ ਗੁਰਦੁਆਰਾ ਸਾਹਿਬ, ਕਾਫੀ ਸਾਲ ਪੁਰਾਣੀ ਗੱਲ ਹੈ, ਅਤੇ ਉਹ ਉਦੋਂ ਵੀ ਹਜੇ ਸੀਗੇ, ਅਤੇ ਮੈਂ ਉਹਨਾਂ ਨੂੰ ਉਹ ਦੱਸਣ ਲੱਗ ਗਏ, ਕਹਿੰਦੇ ਜੀ ਮੈਂ ਗ੍ਰਿਫਤਾਰ ਕੀਤਾ, ਅਤੇ ਮੈਂ ਕਹਿੰਦਾ ਵੀ ਜਦੋਂ ਕਾਰ ਦੇ ਵਿੱਚ ਉਹਨਾਂ ਨੂੰ ਬਿਠਾਇਆ ਅਤੇ ਮੈਂ ਪਹਿਲਾ ਸਵਾਲ ਇਹ ਕਰਤਾ ਉਹਨਾਂ 'ਤੇ ਵੀ ਚਲੋ ਹੁਣ ਸਮਾਂ ਮਿਲਿਆ, ਅਤੇ ਕਹਿੰਦਾ ਸੰਤ ਜਰਨੈਲ ਸਿੰਘ ਕਹਿੰਦੇ ਵੀ ਜੇ 6 ਇੰਚ ਨੀਵਾਂ ਕਰ ਦਈਏ ਫਿਰ ਤੂੰ ਖੁਸ਼ ਹੈ, ਵੀ ਨੀਵਾਂ ਵੀ ਕਰ ਸਕਦੇ ਕੋਈ, ਜੇ ਨਹੀਂ ਵੀ ਪ੍ਰਕਾਸ਼ ਕਰਨਾ ਪਾਸੇ ਪ੍ਰਕਾਸ਼ ਕਰ ਲਓ, ਕੋਈ ਉਹਦੇ ਨਾਲ ਕੋਈ ਵਿਵਾਦ ਵਾਲੀ ਗੱਲ ਹੀ ਨਹੀਂ ਹੈਗੀ। ਨਹੀਂ ਹੈ ਜਿਵੇਂ ਜੇ ਇੰਨਾ ਵਿਵਾਦ ਬਣਾ ਲੈਂਦੇ ਨੇ ਵੀ ਜੇ ਠੀਕ ਹੈ ਕਿਸੇ ਨੂੰ ਕਿਸੇ ਦੀ ਭਾਵਨਾ, ਕਿਉਂਕਿ ਦੋਨੋਂ ਪੱਖ ਨੇ ਨਾ, ਇੱਕ ਤਾਂ ਮੇਰੇ ਇਸ ਪੱਖ ਤੋਂ ਵੀ ਹੈ ਵੀ ਜਿਹੜਾ ਜਿਵੇਂ ਕੁਰਸੀਆਂ ਲਾਈਆਂ ਉਹਦਾ ਵੀ ਰੌਲਾ ਪੈ ਜਾਂਦਾ ਵੀ ਗੁਰਦੁਆਰੇ ਦੇ ਅੰਦਰ ਕੁਰਸੀਆਂ ਕਿਉਂ ਲਾਤੀਆਂ, ਬੰਦੇ ਉੱਚੇ ਬਹਿ ਗਏ। ਨਹੀਂ ਉਹ ਤਾਂ ਮਰਿਆਦਾ ਦੇ ਉਲਟਾ, ਨਹੀਂ ਉਹ ਇਹ ਹੈ ਵੀ ਉਹਨਾਂ ਨੇ ਬਾਹਰ ਕੱਢ ਦੀਆਂ ਜਿਹੜੇ ਥਾਂ ਸੀਗੇ ਜਿਹਨਾਂ ਨੇ ਵੀ ਠੀਕ ਹੈ ਚਲੋ ਕਈਆਂ ਨੇ ਜ਼ਮੀਨ ਨੀਵੀਂ ਕਰਕੇ ਲਾ ਲਈ, ਕਈਆਂ ਨੇ ਬਾਹਰ ਕੱਢ ਕੇ ਲਾਤੀਆਂ ਵੀ ਦਰਬਾਰ ਸਾਹਿਬ 'ਚ ਨਹੀਂ, ਵੀ ਜਿਹਨੇ ਬਾਹਰ ਬਹਿ ਕੇ ਜਿਵੇਂ ਦੀ ਉਹਨਾਂ ਨੇ ਮਸਲਾ ਉਹਨਾਂ ਨੂੰ ਉਸ ਨੂੰ ਸੁਲਝਾ ਲਿਆ ਉਸ ਤਰੀਕੇ ਨਾਲ ਵੀ ਠੀਕ ਹੈ ਵੀ ਚਲੋ ਅੱਜ ਕੱਲ੍ਹ ਦੇ ਸਮਿਆਂ 'ਚ ਕਈਆਂ ਦੀ ਗੋਡਿਆਂ ਦੀ ਪ੍ਰੋਬਲਮ ਹੈਗੀ ਹੈ, ਪਰ ਉਹਨਾਂ ਨੇ ਇਹ ਵਿਵਾਦ ਨਹੀਂ ਖੜਾ ਕੀਤਾ, ਉਹ ਕਹਿੰਦੇ ਅੰਦਰ ਨਹੀਂ ਲਾਉਂਦੇ ਵੀ ਬਾਹਰ ਚਲੋ ਵੀ ਇਹ ਠੀਕ ਹੈ ਵੀ ਬਾਹਰਲੇ ਪਾਸੇ ਦਰਬਾਰ ਸਾਹਿਬ ਤੋਂ ਬਾਹਰ ਕੋਈ ਬਜ਼ੁਰਗ ਬਹਿ ਕੇ ਸੁਣ ਰਿਹਾ, ਉਹਨਾਂ ਨੇ ਇਸ ਚੀਜ਼ ਦਾ ਹੱਲ ਕੱਢ ਲਿਆ। ਹੱਲ ਉਹ ਇਹ ਹੈ ਵੀ ਦੋਨੋਂ ਪਾਸਿਆਂ ਨੂੰ ਸਾਹਮਣੇ ਰੱਖ ਕੇ ਵੀ ਹੱਲ ਮਸਲੇ ਜੇ ਬਣ ਕੱਢੇ ਜਾ ਸਕਦੇ। ਬਹੁਤ ਧੰਨਵਾਦ ਭਾਈ ਸਾਹਿਬ, ਤੁਸੀਂ ਡਿਟੇਲ ਦੇ ਵਿੱਚ ਤਮਾਮ ਗੱਲਾਂ ਦਾ ਜ਼ਿਕਰ ਕੀਤਾ। ਅੱਗੇ ਵੀ ਤੁਹਾਡੇ ਤੋਂ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਇਸ਼ੂਜ਼ ਦੇ ਉੱਤੇ ਗੱਲਬਾਤ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।